ਪੇਸ਼ ਹੈ ਅਜਮੇਰ ਸਿੱਧੂ ਰਚਿਤ ਕਹਾਣੀ ਇਸ ਵਾਰ ਨਹੀਂ ਚੰਦ ਨੂੰ ਗ੍ਰਹਿਣ ਲੱਗ ਗਿਆ ਹਨੇਰਾ ਖਾਣ ਨੂੰ ਪੈਂਦਾ ਮੈਂ ਤਾਂ ਡਰਤੀ ਅੰਦਰ ਆ ਬੜੀਆਂ ਹੋਰ ਇਹ ਨਹੀਂ ਨਾ ਹੋ ਜਾਮਾ ਹੋਦਾ ਕਿਆ ਪਤਾ ਆਈ ਕਿ ਨਾ ਆਈ ਪਰਸੋਂ ਦਾ ਵਾਅਦਾ ਕਰਕੇ ਗਿਆ ਹਜਾਂ ਤੱਕ ਨਹੀਂ ਮੁੜਿਆ ਨਾ ਕੋਈ ਫੜਾ ਫੋਨ ਆਇਆ आई वड्डी कोठी खान नु पेंदी आ बाकी जिया जंत सुख दी नींदे सुत्ता पया आई नी मर जाणी ने रो रो बुरा हाल ਕੀਤਾ पया वेखा किमे ਅੱਖਾਂ ਸਜਾਲੀਆਂ ਪੁੱਤਰੋ ਨਾ ਸ਼ੇਰ ਬਣ ਮੇਰੀ ਤੀ ਮੈਰੋ ਪਾਲੀ ਨੂੰ ਜਫੀ ਚ ਲੈਂਦਿਆ ਹੌਸਲਾ ਦਿੱਤਾ ਲੈ ਦੱਸ ਹੈ ਇਹ ਤਾਂ ਹੁਕ ਕੀ ਰੋਣ ਲੱਗ ਪੀ ਐ ਹਾਏ ਮਾ ਮਰਜੀ ਮੱਥਾ ਚੁੰਮ ਕੇ ਧੀ ਨੂੰ ਛਾਤੀ ਨਾਲ ਲਾਇਆ ਈ ਮੈਂ ਇਹਦੇ ਨਾਲ ਹੀ ਪੈ ਗਈਆਂ ਇਸ ਕੁੜੀ ਨੇ ਜਸ ਦੀਦਾਰ ਦੀ ਖਾਤਰ ਹੰਗਾਮਾ ਖੜਾ ਕੀਤਾ ਉਹਦੇ ਕਿਹੜਾ ਚਾਜਾ ਉਹਨੂੰ ਢੀਕਦੀ ਨੇ ਬੁਰਾ ਹਾਲ ਕਰ ਲਿਆ ਬੱਚੂ ਰੂਪਾ ਸੌਂ ਜਾ ਹੁਣ ਨਹੀਂ ਉਹਨੇ ਆਉਣਾ ਉਦਾਂ ਵੀ ਨਾ ਆਏ ਤੇ ਚੰਗਾ ਐਵੇਂ ਬਦਸ਼ਕ ਨਹੀਂ ਇਹ ਬੋਲੀ ਨਹੀਂ ਮੈਂ ਜਾਣ ਕੇ ਕਿਹਾ ਜੇ ਅੱਗੇ ਕਹਿਣਾ ਤਾਂ ਇਹਨੇ ਪੜਕ ਪੈਣਾ ਮਾਂ ਜੀ ਕਾਦੀ ਬਦਸ਼ਗਨੀ ਆ ਚੰਦ ਧਰਤੀ ਤੇ ਸੂਰਜ ਇੱਕ ਲਾਈਨ ਚ ਆ ਗਏ ਨੇ ਇਹਨੇ ਵੱਡੀ ਪੜਾਕੂ ਨੇ ਕਿਤਾਬ ਚੁੱਕ ਲੈਣੀ ਤੇ ਮੈਨੂੰ ਗ੍ਰਹਿਣ ਲੱਗਣ ਦਾ ਪਾਠ ਪੜਾਉਣ ਲੱਗ ਪੈਣਾ ਹੁਣ ਨਹੀਂ ਕੋਈ ਬਸ ਦੀਦਾਰ ਦੇ ਆਣ ਦੀ ਰੱਟ ਲਗਾਈ ਹੋਈ ਆ ਇਹ ਕੁੜੀ ਥੋੜੀ ਬਾਜੀ ਆ ਭੋਰਾ ਗੱਲ ਨੂੰ ਵੀ ਸਮਝਦੀ ਨਹੀਂ ਮੇਰੇ ਸਿਰ ਦੀ ਚਿੱਟੀ ਛੁੰਨੀ ਵੇਖ ਲੇ ਰੰਡੇਪਾ ਕੱਟਣਾ ਦੁਨੀਆ ਭਰ ਦਾ ਨਰਕ ਭੋਗਣ ਬਰਾਬਰ ਹੈ ਤੇ ਮੈਂ ਇਹ ਨਰਕ ਨਹੀਂ ਭੋਗ ਸਕਦੀ ਰੋਪਾਲੀ ਇਹ ਗੱਲ ਮੂੰਹ ਅੱਡ ਕੇ ਕਹਿ ਤਾਂ ਦਿੰਦੀ ਐ ਪਰ ਇਹ ਗੱਲ ਇਹਦੇ ਪਿਓ ਨੂੰ ਕੌਣ ਸਮਝਾਵੇ ਨਾਲੇ ਉਸ ਢਿੱਡਲ ਜੱਥੇਦਾਰ ਨੂੰ ਕੁੜੀਏ ਆਪਣੀਆਂ ਰਵੈਤਾਂ ਖਾਤਰ ਤਾਂ ਲੋਕਾਂ ਨੇ ਜਾਨਾਂ ਦੇਤੀਆਂ ਜੱਥੇਦਾਰ ਸਰੂਪ ਸਿੰਘ ਇਹਨੂੰ ਪੈ ਨਿਕਲਿਆ ਸੀ ਨਾਲੇ ਇਹ ਅਰਗੀਆਂ ਨੂੰ ਕੌਣ ਪੁੱਛਦਾ ਇਹ ਸਾਲ ਪਹਿਲਾਂ ਫੌਜ ਦੇ ਇੱਕ ਕੈਪਟਨ ਨਾਲ ਵਿਆਹੀ ਸੀ ਮਹੀਨੇ ਤੋਂ ਪਹਿਲਾਂ ਬਾਅਦ ਉਹ ਸਰਦ ਤੇ ਮਾਰਿਆ ਗਿਆ ਦਾਦੇ ਮਂਗਾਣੀਆਂ ਲੜਾਈਆਂ ਹਾਕਮਾਂ ਦੀਆਂ ਤੇ ਧੀਆ ਸਾਡੀਆਂ ਰੰਡੀਆਂ ਹੋਣ ਮਾਂ ਜੀ ਹੁਣ ਤੁਸੀਂ ਕਿਉਂ ਰੋਪੇ ਰੁਪਾਲੀ ਮੇਰੇ ਅਥਰੂ ਪੁੰਜਣ ਲੱਗ ਪਈ ਆ ਧੀਏ ਤੇਰੀ ਜਵਾਨੀ ਦੇਖ ਕੇ ਲਾਟ ਨਿਕਲਦੀ ਆ ਕਿੱਦਾਂ ਕੱਟੂ ਜ਼ਿੰਦਗੀ ਮੇਰਾ ਸੁਮਕਾ ਵੱਜਿਆ ਧੀਏ ਦੀਦਾਰ ਨਾਲ ਉਹ ਤੂਫਾਨਾਂ ਨੂੰ چیر ਕੇ ਵੀ ਆਏਗਾ ਇਹ ਦੀਦਾਰ ਦੀਆਂ ਗੱਲਾਂ ਕਰਦੀ ਕਰਦੀ ਸੌਂ ਗਈ ਆ ਮੇਰੀਆਂ ਅੱਖਾਂ ਰੜਕੀ ਜਾਂਦੀਆਂ ਇਹਦੀ ਕੈਪਟਨ ਦਾ ਹੰਸੂ ਹੰਸੂ ਕਰਦਾ ਚਿਹਰਾ ਸਾਹਮਣੇ ਬਾਰੂਦ ਸਰਹੱਦ ਤੇ ਡਿੱਗਿਆ ਸੀ ਘਰ ਸਾਡਾ ਉਜੜਿਆ ਸੀ ਕੈਪਟਨ ਵਿਚਾਰਾ ਝੁਰਸ ਗਿਆ ਇਹਦਾ ਦਾਦਾ ਵੀ ਦੋਨੋਂ ਮੇਰੇ ਸਾਹਮਣੇ ਆ ਮੈਡਲਾਂ ਵਾਲੀਆਂ ਫੋਟੋਆਂ ਵਿੱਚ ਵੀ ਮੈਂ 16-17 ਸਾਲ ਦੀ ਉਮਰੇ ਮਕਲਾਵੇ ਗਈ ਸੀ ਇਹਦਾ ਦਾਦਾ ਬਿੱਕਰਸੂ ਕੈਪਟਨ ਨਾਲੋਂ ਵੀ ਸੁਨੱਖਾ ਉੱਚਾ ਤੇ ਲੰਮਾ ਸੀ 2 ਮਹੀਨੇ ਮੇਰੇ ਕੋਲ ਰਹਾ ਛੁੱਟੀ ਮੁੱਕੀ ਤਾਂ ਯੂਨਿਟ ਜਾਸ ਲੂਟ ਮਾਰਿਆ ਵਾਪਸ ਆਇਆ ਦਾਇਦਾ 타ਇਆ ਬਲਵਿੰਦਰ ਮੇਰੀ ਗੋਦੀ ਸੀ ਮਹੀਨੇ ਦੀ ਛੁੱਟੀ ਤੱਕ ਛਪਕਦਿਆਂ ਮੁੱਕ ਗਈ ਸੀ ਚਪਕ ਭਰ ਨਿਆਣੇ ਨੂੰ ਛੱਡ ਕੇ ਤੁਰਦਾ ਬਣ ਲੱਗਾ ਕਦੇ ਕੁਛੜ ਚੁੱਕ ਲਿਆ ਕਰੀ ਕਦੇ ਹੀਠਾਂ ਲਾ ਦਿਆ ਕਰੀ ਤੂੰ ਕੀ ਟੱਕਰ ਟੱਕਰ ਝਾਕੀ ਜਾਂਦਾ ਹੈ ਗੱਡੀ ਖੁਜਾਨੀਆਂ ਸੌਰੇ ਨੇ ਛੋਟੇ ਨੂੰ ਬੈਗ ਫੜਾਉਂਦਿਆਂ ਤੁਰਨ ਲਈ ਕਹਤਾ ਸੀ ਫੇਰ ਚਿੱਠੀਆਂ ਲਿਖਣ ਲਿਖਣ ਲੱਗੀ ਹਰ ਚਿੱਠੀ ਜਲਦੀ ਆਣ ਦਾ ਵਾਅਦਾ ਲੈ ਕੇ ਆਉਂਦੀ ਪਰ 6 ਮਹੀਨੇ ਲੰਘ ਗਏ ਜਦੋਂ ਆਇਆ ਤਾਂ ਮੇਰਾ ਦੂਜਾ ਜਨੇਪਾ ਹੋਣ ਵਾਲਾ ਸੀ 15 ਦਿਨਾਂ ਦੀ ਛੁੱਟੀ ਮਿਲੀ ਸੀ ਮੈਂ ਤੋਂ ਹੋਰ ਦਿਨ ਇਕੱਲੀ ਕਾਰੀ ਤੋਂ ਕੱਟੇ ਜਾਂਦੇ ਮੈਂ ਉਹਨੂੰ ਛੁੱਟੀ ਮੁੱਕਣ ਤੋਂ ਪਹਿਲਾਂ ਹੀ ਸਾਫ਼ ਕਰਤਾ ਸੀ ਸੋਹਰਾ ਮੇਰਾ ਬੜਾ ਰੰਗੜ ਚੱਤੇ ਪੈਰ ਗਾਲਾਂ ਕੱਢਦਾ ਰਹਿੰਦਾ ਘਰ ਰਹਿਣਾ ਮੁਸ਼ਕਲ ਹੋ ਗਿਆ ਸੀ ਮੇਰਾ ਦਿਉਰ ਜਗਤ ਸੂੰ ਪਿਓ ਨਾਲੋਂ ਵੀ ਪੰਜਰਤੀਆਂ ਉੱਤੇ ਘਰ ਵਿੱਚ ਕਲੇਸ਼ ਪਾਈ ਰੱਖਦੇ ਇੱਕ ਪਾਸੇ ਮੈਂ ਤੇ ਇਹਦਾ ਦਾਦਾ ਤੇ ਦੂਜੇ ਪਾਸੇ ਫੌਜੀ ਅਫਸਰਾਂ ਅਰਗੇ ਘਰ ਵਾਲੇ ਉਹਨੇ ਘਰਦਿਆਂ ਦਾ ਹੁਕਮ ਮੰਨ ਲਿਆ ਸੀ ਸਮਾਨ ਬੰਨ ਕੇ ਤੁਰਨ ਲੱਗਿਆ ਤਾਂ ਮੈਂ ਅੱਖ ਦੱਬ ਦਿੱਤੀ ਉਹ ਬਹਿ ਗਿਆ ਜਦੋਂ ਤੁਰਿਆ ਕਰੇ ਮੈਂ ਹੱਸ ਕੇ ਅੱਖ ਮਾਰ ਦਿਆ ਕਰਾਂ ਉਹ ਬਹਿ ਜਿਆ ਕਰੇ ਉਹ ਦਿਨ ਅੱਖ ਮਟਕਾ ਹੀ ਹੁੰਦਾ ਰਿਹਾ ਦੂਏ ਦਿਨ ਸੋਹਰਾ ਵੰਡਿਓ ਆਂ ਖੱਜੀ ਨੂੰ ਘਰੇ ਵੇਖ ਕੇ ਗਾਲਾਂ ਕੱਢਣ ਲੱਗ ਪਿਆ ਸਾਲਿਆ ਇਹ ਸਰਕਾਰੀ ਨੌਕਰੀ ਆ ਘਰ ਦੇ ਖੇਤ ਨਹੀਂ ਵੀ ਜਦ ਮਰਜ਼ੀ ਵਾਹ ਬੀਜ ਲਈਏ ਉਹਦੀਆਂ ਗਾਲਾਂ ਹੋਰ ਨੰਗੀਆਂ ਹੋਈਆਂ ਤਾਂ ਸੱਸ ਨੇ ਮੌਕਾ ਸੰਭਾਲਿਆ ਸੀ ਪੁੱਤ ਜਾ ਹੋਰ ਛੁੱਟੀ ਲੈ ਕੇ ਆ ਜੀ ਨਾਲੇ ਨਵੇਂ ਨਿਆਣੇ ਦਾ ਮੂੰਹ ਵੇਖਦੀ ਉਹਦੇ ਜਾਣ ਮਗਰੋਂ ਮੇਰੇ ਮਨ ਵਿੱਚ ਇੱਕ ਚੜ੍ਹੇ ਇੱਕ ਉਤਰੀ ਆਪਣੇ ਬਾਪ ਨੂੰ ਵੀ ਗਾਲ੍ਹਾਂ ਕੱਢੀਆਂ ਫੌਜਦਾਂ ਤੇ ਘਰ ਵਾਲਿਆਂ ਦਾ ਪਿੱਟ ਸਿਆਪਾ ਕੀਤਾ ਫੌਜੀ ਤੀਏ ਦਿਨ ਬੈਗ ਚੁੱਕੀ ਘਰ ਆਵੜਿਆ ਉਹਨੂੰ ਵੇਖ ਕੇ ਸਭ ਨੂੰ ਸੱਪ ਸੰਗ ਗਿਆ ਸਾਡੀ ਯੂਨਿਟ ਸਿੱਲੀਗੁੜੀ ਤੋਂ ਜੈਪੁਰ ਜਾ ਰਹੀ ਆ 15 ਦਿਨ ਦੀ ਹੋਰ ਛੁੱਟੀ ਮਿਲ ਗਈ ਇਹ ਸੁਣ ਕੇ ਘਰਦਿਆਂ ਦੇ ਮੱਥਿਆਂ ਤੋਂ ਕੁਝ ਕਿ ਤਿਉੜੀਆਂ ਲੱਤਕੀਆਂ ਸੀ ਸਾळा ਜਨਾਨੀ ਦਾ ਪੱਕਿਆ ਰਿਜ਼ਕ ਨੂੰ ਲੱਤ ਮਾਰਦਾ ਹੈ ਸਾਰਾ ਬੜਬੜ ਕਰਦਾ ਹਵੇਲੀ ਨੂੰ ਤੁਰ ਪਿਆ ਸੀ ਇਦਾਂ ਦੀ ਹੋਰ ਪਰੇ ਲੱਭਣੀ ਆ ਕਿਤੋਂ ਜਗਤਾ ਵੀ ਚੋਬ ਲਾਣੋਂ ਨਾ ਹਟਿਆ ਬਿੱਕਰ ਸੋਂ ਰਾਹ ਵਿੱਚੋਂ ਹੀ ਮੋੜਾਇਆ ਸੀ ਮੇਰੇ ਨਾਲ ਕੀਤਾ ਵਾਅਦਾ ਭਗਾਤਾ ਸੀ ਪਰ ਘਰ ਦੇ ਕਲੇਸ਼ ਨੇ ਸਭ ਕੁਸ਼ੀਆਂ ਤੇ ਪਾਣੀ ਫੇਰ ਦਿੱਤਾ ਸੀ ਬਿੱਕਰ ਸੋਂ ਰੰਨ ਦਾ ਮਰੀਦ ਹੋ ਗਿਆ ਸੋਹਰੇ ਨੇ ਸਾਰੇ ਪਿੰਡ ਵਿੱਚ ਰੌਲਾ ਪਾ ਦਿੱਤਾ ਸੀ ਚਣਾ ਖਣਾ ਟਿਚਣਾ ਕਰਨ ਲੱਗਿਆ ਸੀ ਫੌਜਿਆ ਕੀ ਗੱਲ ਆ ਭਾਈ ਡਿਊਟੀ ਤੇ ਨਹੀਂ ਜਾਂਦਾ ਬੋਟੀ ਨੇ ਡੱਬੀ ਚ ਬੰਦ ਤਾਂ ਨਹੀਂ ਕਰ ਲਿਆ ਚਿੱਤ ਕਰਦਾ ਟੀਚਰਾਂ ਕਰਨ ਵਾਲਿਆਂ ਦਾ ਸਿਰ ਪਾੜ ਦਈ ਪਰ ਉਹ ਫੌਜੀਆਂ ਵਾਲੇ ਸਟਾਈਲ ਵਿੱਚ ਹੱਸ ਕੇ ਗੱਲ ਟਾਲ ਦਿੰਦਾ ਫਿਰ ਫੌਜ ਵੱਲੋਂ ਡਿਊਟੀ ਹਾਜ਼ਰ ਹੋਣ ਦੀਆਂ ਤਾਰਾਂ ਆਉਣ ਲੱਗੀਆਂ ਉਹ ਜਵਾਬ ਨਾ ਦਿੰਦਾ ਚਿੱਠੀ ਖੋਲਦਿਆਂ ਤਰਹਿੰਦਾ ਕਰਤਾਰ ਬੜੇ ਭੜੇ ਨੇ ਸਾਡੇ ਅਫਸਰ ਵੱਖ ਨਹੀਂ ਲੱਗੇ ਉਹ ਫੌਜ ਦੇ ਅਨੁਸ਼ਾਸਨ ਨੂੰ ਤੋੜਨ ਦੀਆਂ ਸਜ਼ਾਵਾਂਾਰੇ ਦੱਸਦਾ ਡਰਪੋਕ ਗਦਾਰ ਦਗੇਵਾਜ਼ ਕਹਿਣਗੇ ਕੁਆਟਰ ਗਾਰਡ ਕੋਰਟ ਮਾਰਸ਼ਲ ਜਈਆਂ ਸਜ਼ਾਵਾਂ ਮਿਲਣੀਆਂ ਵੱਖ-ਵੱਖ ਫੌਜੀਆਂ ਨੂੰ ਮਿਲੀਆਂ ਸਜ਼ਾਵਾਂ ਸੁਣਾ ਕੇ ਉਹ ਰੋਣ ਲੱਗ ਪੈਂਦਾ ਉਦੋਂ ਉਹਦਾ ਚਿਹਰਾ ਪੀਲਾ ਭੂਖ ਹੋਇਆ ਹੁੰਦਾ ਮਾਂ ਆਪ ਵੀ ਕੰਬ ਜਾਂਦੀ ਉਹਨੂੰ ਹਾਜ਼ਰ ਹੋਣ ਨੂੰ ਕਹਿੰਦੀ ਉਹ ਤੁਰ ਪੈਂਦਾ ਫੇਰ ਰੁਕ ਜਾਂਦਾ ਪਤਾ ਨਹੀਂ ਮੇਰੇ ਹਟਕੋਰੇ ਸੁਣ ਕੇ ਜਾਂ ਫੌਜ ਦੇ ਤਸ਼ੱਦਦ ਤੋਂ ਡਰ ਕੇ ਮੈਂ ਨਾਲ ਜਾਣ ਲਈ ਤਿਆਰ ਹੁੰਦੀ ਤਾਂ ਝੱਟ ਸਹਰੇ ਦਾ ਬੂਥਾ ਦਿਖ ਪੈਂਦਾ ਕੰਜਰਦਿਆ ਇਹਨੂੰ ਉੱਥੇ ਲਿਜਾ ਕੇ ਵਿਗਾੜੇਗਾ ਮੈਂ ਨੌਕਰੀ ਛੱਡਣ ਲਈ ਜ਼ੋਰ ਪਾਉਂਦੀ ਫੌਜੀ ਕਾਨੂੰਨ ਨੂੰ ਇਹ ਵੀ ਮਨਜ਼ੂਰ ਨਹੀਂ ਸੀ ਉਸ ਨੂੰ ਫੌਜ ਵੱਲੋਂ ਪੁਗਾੜਾ ਕਰਾਰ ਦਿੱਤਾ ਦੂਜੇ ਪਾਸੇ ਸੌਰੇ ਦੇ ਮਿਹਣਿਆਂ ਨੇ ਜੀਣਾ ਹਰਾਮ ਕਰ ਦਿੱਤਾ ਕੁੱਤੇ ਨੇ ਪਰਮਾਰਾਂ ਦੇ ਖਾਨਦਾਨ ਨੂੰ ਕਲੰਕ ਲਾਤਾ ਸਾਡੇ ਪਿਓ ਦਾਦੇ ਰਾਜਾ ਮਹਾਰਾਜਿਆਂ ਦੀਆਂ ਫੌਜਾਂ ਵਿੱਚ ਅਫਸਰ ਰਹੀ ਹੈ ਉਹ ਗਾਲਾਂ ਕੱਢਦਾ ਮੇਰੇ ਖਾਨਦਾਨ ਨੂੰ ਵੀ ਭੰਡਣ ਲੱਗ ਪਿਆ ਜੋਧਪੁਰ ਦੇ ਜੱਟ ਦਾ ਨੱਕ ਵੱਡਤਾ ਮਾੜੇ ਬੰਦੇ ਮੱਥੇ ਲੱਗ ਗਏ ਪਤਾ ਨਹੀਂ ਕੌਣ ਨੇ ਉਹ ਛੱਜਲ ਵੱਡੀ ਵਾਲੇ ਖੱਤਰੀ ਜੱਟ ਕੁੜੀ ਦਿੰਦੇ ਸੀਗੇ ਇਹਦੀ ਮਾਂ ਨੇ ਨੱਕ ਤੇ ਮੱਖੀ ਨਹੀਂ ਬੈਠਣ ਦਿੱਤੀ ਅਖੇ ਜੀ ਕੁੜੀ ਸੋਹਣੀ ਬੜੀ ਆ ਸੌਰੀ ਕੇ ਲਾਗੀਆਂ ਤੱਥੀਆਂ ਤੋਂ ਵੀ ਮੜੇ ਆ ਇੱਕ ਤੜਕੇ ਫੌਜ ਦੀਆਂ ਗੱਡੀਆਂ ਦੀ ਘੁੰਘੂ ਨੇ ਅੱਬੜਵਾਹੇ ਠਾਤੇ ਉਹਨੋਂ ਕੁਝ ਸੁਝੇ ਨਾ ਮੈਥੋ ਦੀ ਹਾਲਤ ਦੇਖੀ ਨਾ ਗਈ ਜਮਦੂਤ ਲੈਣ ਆ ਗਏ ਉਹ ਰੋਣ ਹੱਕਾ ਹੋਇਆ ਬੋਲਿਆ ਸੀ ਫੇਰ ਪਤਾ ਨਹੀਂ ਉਧ ਮੰਜਕੀ ਆਈ ਉਹ ਕੋਠੇ ਤੇ ਜਾ ਛੜਿਆ ਮੈਂ ਵੀ ਮੰਗਰੇ ਜਾ ਛੜੀ ਉਹ ਨੇਰੇ ਵਿੱਚ ਰਫੂ ਚੱਕਰ ਹੋ ਗਿਆ ਮੈਂ ਕੋਠੇ ਤੇ ਖੜੀ ਨੇ ਚਾਰੇ ਪਾਸੇ ਨਿਗਾ ਮਾਰੀ ਮਾਰ ਕੇ ਤੇ ਫੌਜੀਆਂ ਤੇ ਪੁਲਸੀਆਂ ਨੇ ਪਿੰਡ ਨੂੰ ਘੇਰਿਆ ਹੋਇਆ ਸੀ ਮੈਨੂੰ ਡੋਬੂ ਪੈਣ ਲੱਗੇ ਮੈਂ ਵਿਹੜੇ ਵਿੱਚ ਆਈ ਤਾਂ ਪੁਲਸੀਆਂ ਤੇ ਫੌਜੀਆਂ ਦੀ ਤੌਰ ਦੀ ਤੌਰ ੰਦਰ ਆਵੜੀ ਉਹਨਾਂ ਨੂੰ ਵੇਖ ਕੇ ਮੇਰਾ ਤਾਂ ਸਹਾਈ ਸੁੱਕ ਗਿਆ ਮਾਰ ਕੇ ਤੇ ਮੋਰਚੇ ਮਲ ਲਈ ਘਰ ਦੀ ਤਲਾਸ਼ੀ ਲੈਣ ਲੱਗੇ ਮੇਰੀਆਂ ਅੱਖਾਂ ਸਾਹਮਣੇ ਫੌਜੀਆਂ ਨੂੰ ਮਿਲੀਆਂ ਸਜਾ ਮੰਦਰੀ ਨੂੰ ਮੱਲ ਲੱਗੀ ਜਲਾਦ ਮੇਰੇ ਸਾਹਮਣੇ ਖੜੇ ਸਨ ਘਰ ਦੇ ਜਲਾਦ ਵੀ ਨੱਠੇ ਆਏ ਫੌਜ ਦੇ ਆਣ ਦੀ ਗੱਲ ਉਹਨਾਂ ਦੇ ਖਾਨੇ ਬੜੀ ਤਾਂ ਉਹਨਾਂ ਨੇ ਮੈਨੂੰ ਧਰ ਲਿਆ ਸਾਨੂੰ ਤਾਂ ਜੀ ਨੇਰੇ ਚ ਰੱਖਿਆ ਕਹਿੰਦਾ ਹੋਰ ਛੁੱਟੀ ਮਿਲਗੀ ਵੇੜਾ ਬੈਠਾ ਇਸ ਵੋਟਖਾਨੇ ਦਾ ਅਫਸਰ ਮੈਥੋਂ ਪੁੱਛਗਿੱਛ ਕਰਨ ਲੱਗੀ ਮੈਂ ਕੀ ਕਹਿੰਦੀ ਸੱਚ ਸੱਚ ਦੱਸਦਾ ਸੀ ਜਦ ਅਫਸਰ ਛਪਾਈਆਂ ਨੂੰ ਲੈ ਕੇ ਨੱਠ ਪਈ ਦੁਪਹਿਰ ਤੱਕ ਕੋਈ ਨਾ ਮੁੜਿਆ ਮੇਰੀ ਵੀ ਚਿੰਤਾ ਵਧ ਗਈ ਕਦੇ ਕੋਠੇ ਚੜ ਜਾਂਦੀ ਕਦੇ ਵੇੜੇ 'ਚ ਘੁੰਮਣ ਲੱਗ ਪੈਂਦੀ ਤੇ ਕਦੇ ਅੰਦਰ ਜਾ ਕੇ ਪੈ ਜਾਂਦੀ ਬਲਵਿੰਦਰ ਨੇ ਰੋ ਰੋ ਕੇ ਬੁਰਾ ਹਾਲ ਕੀਤਾ ਸੀ ਕਿੱਥੇ ਚਲਾ ਗਿਆ ਹੋਏਗਾ ਮੈਂ ਤਾਂ ਸੋਚ-ਸੋਚ ਪਰੇਸ਼ਾਨ ਹੋਈ ਪਈ ਸੀ ਸ਼ਾਮ ਹੋਈ ਤਾਂ ਫੌਜੀਆਂ ਦੀ ਹਿਲਜੁਲ ਹੋਈ ਸੀ ਖੁਸ਼ ਹੋਲਾ ਪਾਪਣੇ ਮੇਰਾ ਪੁੱਤ ਖੋ ਕੇ ਕਿਹੜੇ ਯੁੱਗਾਂ ਦਾ ਬੈਰ ਕਮਾਇਆ ਸੋਰੇ ਦੀ ਲੇਰ ਨੇ ਮੈਨੂੰ ਬੇਹੋਸ਼ ਕਰ ਦਿੱਤਾ ਸੀ ਫੇਰ ਕਈ ਤਨ ਕੀ ਹੋਇਆ ਮੈਨੂੰ ਨਹੀਂ ਪਤਾ ਮੇਰੀ ਦੁਨੀਆ ਲੁੱਟ ਚੁੱਕੀ ਸੀ ਮੈਂ ਉੱਜੜ ਗਈ ਸਾਂ ਹੱਜ ਦੀ ਲਾਸ਼ ਖੂਚੋ ਮਿਲੀ ਸੀ ਜਦੋਂ ਹੋਸ਼ ਆਈ ਸੱਥਰ ਵਿਛਿਆ ਹੋਇਆ ਸੀ ਮੈਨੂੰ ਮਕਾਨੀ ਆਈ ਮੇਰੇ ਮਾਪਿਆਂ ਨਾਲ ਹੀ ਤੋਰਤਾ ਮੇਰਾ ਮਾਸੂਮ ਬੱਚਾ ਘਰੇ ਰੱਖ ਲਿਆ ਸੀ ਘਰ ਵਿੱਚ ਖਲਬਲੀ ਮਚ ਗਈ ਸੀ ਮਾਪੇ ਪਿੰਡੋਂ ਦੋ ਵਾਰ ਅਫਸੋਸ ਤੇ ਵੀ ਆਏ ਕਿਸੇ ਸਿੱਧੇ ਨੂੰ ਗੱਲ ਹੀ ਨਾ ਕੀਤੀ ਮਾਪੇ ਵਿਚਾਰੇ ਕੀ ਕਰਦੇ ਚੁੱਪ ਰਹੇ ਉਹ ਮੇਰੇ ਨਾਲੋਂ ਵੀ ਵੱਧ ਔਖੇ ਸੀ ਲੋਕ ਮੇਰੇ ਕੋਲ ਅਫਸੋਸ ਕਰਨ ਆਉਂਦੇ ਹਮਦਰਦੀ ਦੇ ਪੱਜ ਮੇਰੀ ਰਖਮਾਂ ਤੇ ਲੂਣ ਛਿੜਕ ਕੇ ਜਿੱਦਾਂ ਬਿੱਕਰ ਨੂੰ ਮੈਂ ਮਾਰਿਆ ਹੋਵੇ ਮੈਂ ਨਮੋਸ਼ੀ ਦੀ ਮਾਰੀ ਮੰਝੇ ਤੇ ਪਈ ਰਹਿੰਦੀ ਮੈਨੂੰ ਬਲਵਿੰਦਰ ਦਾ ਬੜਾ ਤੇ ਸਤੰਦਾ ਬਲੂੰਗੜਾ ਜਿਹਾ ਮੇਰਾ ਨਿਆਣਾ ਪਾਪੀਆਂ ਨੇ ਉਹ ਵੀ ਮੈਥੋਂ ਖੋ ਲਿਆ ਬਿੱਕਰ ਦੀ লাশ ਦਾ ਚੇਤਾ ਆਉਂਦਾ ਤਾਂ ਮਨ ਨਹੀਂ ਹੋ ਜਾਂਦੀ ਉਹਦੀ ਮੌਤ ਬਾਰੇ ਸੋਚਦੀ ਉਹ ਤਾਂ ਜ਼ਿੰਦਗੀ ਜਿਉਣੀ ਚਾਹੁੰਦਾ ਸੀ ਫੇਰ ਕਿਵੇਂ ਖੂਚ ਛਾਲ ਮਾਰਦੀ ਉਹਦੀ ਮੌਤ ਖਾਲੀ ਵਿਪੇਦ ਬਣੀ ਹੋਈ ਆ ਫੇਰ ਉਹਦੇ ਕਾਤਲ ਕੌਣ ਨੇ ਮੈਂ ਜਾਂ ਸਾਰੇ ਫੌਜੀ ਅਫਸਰਾਂ ਜਾਂ ਲੜਾਈਆਂ ਕਰਾਉਣ ਵਾਲੇ ਕਦੇ-ਕਦੇ ਮੈਨੂੰ ਆਪਣਾ ਆਪ ਵੀ ਦੋਸ਼ੀ ਲੱਗਦਾ ਹੈ ਹਾਰ ਕੇ ਸਾਰਾ ਦੋਸ਼ ਉਹਨਾਂ ਸਿਰ ਮੜ ਦਿੰਦੀਆਂ ਸੋਚਦੀਆਂ ਗੋਲੀ ਮਾਰ ਦਿਆਂ ਉਹਨਾਂ ਨੂੰ ਪਰ ਕੱਲੀ ਕਾਰੀ ਜਨਾਨੀ ਕਿਹਦੇ ਕਿਹਦੇ ਗੋਲੀ ਮਾਰੂ ਮੇਰਾ ਦੂਜਾ ਜਨੇਪਾ ਵੀ ਹੋ ਗਿਆ ਸੀ ਉਦੋਂ ਭਾਦਰ ਜੰਮਿਆ ਸੀ ਇਸੇ ਰੁਪਾਲੀ ਦਾ ਪਿਓ ਸਾਰਿਆਂ ਵੱਲੋਂ ਕੋਈ ਨਾ ਆਇਆ ਸਭ ਲੋਕ ਤੋਏ-ਤੋਏ ਕਰਨ ਲੱਗੇ ਜਨੇਪੇ ਤੋਂ ਬਾਅਦ ਲੈ ਕੇ ਜਾਣ ਦੀ ਆਸ ਸੀ ਉਹ ਵੀ ਮੁੱਕ ਗਈ ਮੈਨੂੰ ਬੇਹੋਸ਼ੀ ਦੇ ਦੌਰੇ ਪੈਣ ਲੱਗੇ ਫੋਟ ਇਹੋ ਜਿਹਾਂ ਦੇ ਕੰਜਰ ਦਿਓ ਤੁਹਾਡਾ ਆਪਣਾ ਖੂਨ ਹੈ ਕੋਈ ਸ਼ਰਮ ਕਰੋ ਮੇਰੀ ਮਾਂ ਕਲਪੀ ਸੀ ਪਿੰਡੋਂ ਪੰਚਾਇਤ ਜੋਧਪੁਰ ਗਈ ਮੈਨੂੰ ਵੀ ਹੋਰ ਜਨਾਨੀਆਂ ਸਮੇਤ ਲੈ ਗਏ ਉਹਨਾਂ ਦੇ ਗੁਰਦੁਆਰੇ ਇਕੱਠ ਹੋਇਆ ਗੁਰਦੁਆਰੇ ਦਾ ਪ੍ਰਧਾਨ ਜਥੇਦਾਰ ਸਰੂਪ ਮਾਰ ਕਿਤੇ ਚੌਧਰੀ ਬਣਿਆ ਫਿਰੇ ਕਲੰਕੀ ਜੈਨੇ ਜਨਾਨੀਆਂ ਬਾਹਰ ਭਾਂਡੇ ਚ ਬਿਠਾਤੀਆਂ ਦੋਨਾਂ ਧਿਰਾਂ ਚ ਕਾਫੀ ਖੱਪ ਪਈ ਦੇਖੋ ਸਰਦਾਰ ਨੱਥਾ ਸਿੰਘ ਜੀ ਇਹ ਅਣਹੋਣੀ ਹੋਈ ਆ ਇਹਨਾਂ ਨਾਲ ਵੀ ਤੇ ਤੁਹਾਡੇ ਨਾਲ ਵੀ ਵਿਚਾਰੀ 19-20 ਸਾਲ ਦੀ ਬਚੜੀ ਰੰਡੀ ਹੋਗੀ ਫੁੱਲ ਭਰ ਆਪ ਤੇ ਕੁਛੜ ਦੋ ਨਿਆਣੀ ਇਹ ਤੇ ਵਿਚਾਰੀ ਹੁਣ ਤੁਹਾਡੇ ਰੱਖਣ ਦੀ ਆ ਵਿਚਾਰੀ ਨੂੰ ਢੋਈ ਦੇ ਦਿਓ ਰੱਬ ਇਹੋ ਜਿਹੇ ਦਿਨ ਨਾ ਵਿਖਾਲੇ ਕਿਸੇ ਨੂੰ ਸਭ ਧੀਆ ਵਾਲਿਆਂ ਬੇਨਤੀ ਆ ਸਰਦਾਰ ਜੀ ਛੋਟੇ ਜਗਤ ਸੂੰਦੇ ਬਿਠਾ ਦੋ ਵਿਚਾਰੀ ਨੂੰ ਸਾਡੇ ਵੱਲੋਂ ਸਰਪੰਚ ਨੇ ਮੇਰੇ ਸਹੁਰੇ ਅੱਗੇ ਹੱਥ ਜੋੜੇ ਸਨ ਸਰਪੰਚਾ ਤੁਹਾਡੀ ਇਸ ਬਚੜੀ ਨੇ ਮੇਰਾ ਇੱਕ ਮੁੰਡਾ ਨਿਕਲ ਲਿਆ ਦੂਜਾ ਮੈਂ ਹੱਥੋਂ ਨਹੀਂ ਗਵਾਣਾ ਚਾਹੁੰਦਾ ਕੀੜੇ ਪੈਣਾ ਸਹਰਾ ਪੜਤ ਪਿਆ ਸੀ ਸਰਦਾਰਾ ਹੁਣ ਤੇ ਤੇਰੇ ਦੂਜੀ ਗੱਲ ਦੂਜੀ ਗੱਲ ਸਰਪੰਚ ਨੂੰ ਸਹਰੇ ਨੇ ਵਿਚੋਂ ਟੋਕਦਾ ਸੀ ਸਾਡੇ ਖਾਨਦਾਨ ਵਿੱਚ ਕੁੜੀ ਦੂਜੀ ਵਾਰ ਵਿਆਹੀ ਨਹੀਂ ਜਾਂਦੀ ਤੇ ਨਾ ਹੀ ਬਹੂ ਕਿਸੇ ਦੇ ਬਿਠਾਈ ਜਾਂਦੀ ਆ ਇਹ ਜੋਧਪੁਰ ਦੇ ਪਰਮਾਰਾਂ ਦਾ ਖਾਨਦਾਨ ਹੈ ਰਾਜਪੂਤ ਕੁਲ ਚੋਂ ਆ ਨਖਸਮਾ ਬੁੜਾ ਖਾਨਦਾਨ ਦੀਆਂ ਜੜਾਂ ਲੈ ਕੇ ਬਹਿ ਗਿਆ ਸੀ ਜਦ ਕੇ ਸਾਡੇ ਜੱਟਾਂ ਦੇ ਇੱਕ ਦਾ ਵਿਆਹ ਹੁੰਦਾ ਸੀ ਬਾਕੀ ਭਰਾ ਉਹਦੇ ਨਾਲੇ ਜੱਥੇਦਾਰ ਸਰੂਪ ਸੋਂ ਵੀ ਉਹਦੇ ਅੰਗੇ ਬੋਲੇ ਬੇੜਾ ਬਹਿ ਜੇ ਇਹੋ ਜਿਆਂ ਦਾ ਆਖੇ ਸੀਤਾ ਜੀ ਕਰਮ ਧਰਮ ਕਮਾਉਣਾ ਤੌਲੇ ਜਿੱਡਾ ਸਿਰ ਮਾਰੀ ਜਾਵੇ ਸਾਫ਼ ਨਾ ਕਰ ਦਿੱਤੀ ਉਹਨਾਂ ਦੇ ਨਾਲ ਨਾਲ ਰੋਲਾ ਪੈ ਗਿਆ ਬੁੜੀਆਂ ਦੇ ਖੋਸਰ ਮੋਸਰ ਤਾਨਿਆਂ ਮਿਹਣਿਆਂ ਚ ਬਦਲ ਗਈ ਸਾਡੀਆਂ ਬੁੜੀਆਂ ਨੇ ਸੱਸ ਘੇਰ ਲਈ ਨਾ ਜੇ ਤੇਰੀ ਆਪਣੀ ਧੀ ਹੁੰਦੀ ਤਾਂ ਤੁਹਾਡੇ ਨਾਲੋਂ ਸਾਡਾ ਦੁੱਖ ਵੱਡਾ ਜਿਨ੍ਹਾਂ ਦਾ ਪੁੱਤ ਮਰਿਆ ਅਸੀਂ ਇੰਨੇ ਵੀ ਗਏ ਗੁਜ਼ਰੇ ਨਹੀਂ ਕੇ ਬਹੂ ਨੂੰ ਠੋੱਕ ਕੇ ਮਾਰਦਗੀ ਮੇਰੀ ਸੱਸ ਸੋਚ ਸਮਝ ਕੇ ਬੋਲ ਰਹੀ ਸੀ ਬਿਕਰ ਦੀ ਮੌਤ ਨਾਲ ਇਹਦੇ ਤੇ ਸਾਡੇ ਵਿਚਕਾਰ ਇੱਕ ਖਾਈ ਪੁੱਟੀ ਗਈ ਆ ਉਹ ਗੱਲ ਤੇ ਨਹੀਂ ਬਣਨੀ ਪਸ਼ੂਆਂ ਵਾਲੀ ਹਵੇਲੀ ਜੁਦੀ ਰਹਿ ਲੈ ਉਹਨੇ ਡਰਦੀ ਨੇ ਚਾਰ ਬੋਲ ਕਹੀ ਸਨ ਵਿਚੋਲਣ ਨੇ ਸੱਸ ਦਾ ਇਹ ਫੈਸਲਾ ਬੰਦਿਆਂ ਨੂੰ ਸੁਣਾਤਾ ਸੀ ਭਾਵੇਂ ਮੇਰੇ ਸਹੁਰੇ ਦਾ ਸਿਰ ਨਾ ਵਿੱਚ ਹੀ ਹਿੱਲ ਰਿਹਾ ਸੀ ਪਰ ਦੋਨਾਂ ਪਾਸਿਆਂ ਦੀ ਪੰਚਾਇਤ ਨੇ ਸੱਸ ਦੇ ਬੋਲਾਂ ਉੱਤੇ ਫੁੱਲ ਚੜਾਏ ਸੀ ਮੈਂ ਹਵੇਲੀ ਰਹਿਣ ਲੱਗੀ ਮੈਨੂੰ ਕੋਈ ਬੁਲਾਉਂਦਾ ਨਹੀਂ ਸੀ ਸੱਸ ਵੀ ਚੋਰੀ ਆਉਂਦੀ ਸੀ ਸਹੁਰੇ ਤੋਂ ਸੁਪਾ ਕੇ ਸਮਾਨ ਦਿੰਦੀ ਮੈਂ ਉਹਦੇ ਸਮਾਨ ਨਾਲ ਗੁਜ਼ਾਰਾ ਕਰਦੀ ਸੀ ਉਸੇ ਹਵੇਲੀ ਵਿੱਚ ਪਸ਼ੂ ਸਨ ਤੇ ਉਸੇ ਵਿੱਚ ਅਸੀਂ ਤਿੰਨੋਂ ਮਾਂ ਪੁੱਤ ਸਾਢੇ ਡੇਢ ਸਾਲ ਤੱਕ ਤੰਗੀ ਤਰਸ਼ੀ ਚ ਹੀ ਕੱਟ ਲਿਆ ਪਸ਼ੂਆਂ ਅਰਗੀ ਜ਼ਿੰਦਗੀ ਕੱਟੀ ਨਾ ਜਾਵੇ ਨਿਆਣਾਂ ਨੂੰ ਮੱਛਰ ਨੇ ਵੱਡ-ਵੱਡ ਖਾ ਲੈਣਾ ਚੱਤੇ ਪੈਰ ਰੋਂਦੇ ਕਰ ਲਾਂਦੇ ਰਹਿੰਦੇ ਨਿਆਣੇ ਬਿਮਾਰ ਰਹਿਣੇ ਨਾ ਕੋਈ ਦਵਾਈ ਨਾ दारू ਘਰ ਓੜ-ਪੋੜ ਕਰਨਾ ਤੰਗਾਈ ਨੇ ਜ਼ਮੀਨ ਦਾ ਹਿੱਸਾ ਮੰਗ ਲਿਆ ਮੁੜ ਕੇ ਹਿੱਸਾ ਮੰਗਿਆ ਤਾਂ ਜੀਬ ਵੱਢ ਦੂੰ ਐਨਾ ਥੋੜਾ ਤੈਨੂੰ ਇੱਥੇ ਝੱਲ ਲਿਆ ਬੁੜੇ ਦੇ ਬੋਲ ਮੇਰਾ ਸੀਨਾ ਪਾੜ ਗਏ ਸੀ ਮੈਂ ਉਸੇ ਵੇਲੇ ਖੂਬ ਅਲ ਤਰਪੀ ਮੌਣ ਤੇ ਪੈਰ ਧਰਿਆ ਤਾਂ ਇਹਦੇ ਦਾਦੇ ਦੀ লাশ ਮੇਰੀਆਂ ਅੱਖਾਂ ਸਾਹਮਣੇ ਆ ਗਈ ਨਿਆਣੇ ਚੀਕ ਛਾੜਾ ਪਾਈ ਭੱਜੇ ਆਈ ਬਲਵਿੰਦਰ ਮੇਰੀਆਂ ਲੱਤਾਂ ਨੂੰ ਚਿੰਬੜ ਗਿਆ ਛੋਟਾ ਮਿੱਟੀ ਤੇ ਡਿੱਗ ਗਿਆ ਚਿੱਕਾ ਮਾਰੀ ਜਾਵੇ ਮੈਥੋਂ ਮਿਸ਼ੋਰਾਂ ਦੇ ਚਿਹਰੇ ਵੇਖੇ ਨਾ ਗਏ ਸੱਸ ਬਾਹ ਤੋਂ ਫੜ ਕੇ ਘਰ ਲੈ ਗਈ ਰੁਪਾਲੀ ਨੇ ਪਾਸਾ ਲਿਆ ਆਪਣੇ ਦਾਦੇ ਵਾਂਗ ਘਰਾੜੇ ਮਾਰਦੀ ਆ ਕੁੜੀ ਆ ਲੈ ਦੇਖ ਕੇ ਨਾ ਭੱਖ ਲੈਂਦੀ ਨਾਲੇ 24-25 ਸਾਲ ਦੀ ਵੀ ਕੋਈ ਉਮਰ ਹੁੰਦੀ ਆ ਵਿਚਾਰੀ ਨੂੰ ਕ ਲੈਣਿਆ ਨੇ ਰੰਡੀ ਕਰਤਾ ਉੱਚੀ ਲੰਮੀ ਪਰ ਜਵਾਨ ਕਿੰਨਾ ਰੂਪ ਚੜਿਆ ਮਰ ਜਾਣੀ ਨੂੰ ਜੇ ਇਹਦੇ ਮੂੰਹ ਦੀ ਜਗ੍ਹਾ ਮੇਰਾ ਮੂੰਹ ਲੱਗ ਜੀ 50 ਸਾਲ ਪਹਿਲਾਂ ਵਾਲੀ ਕਰਤਾਰ ਕੌਰ ਬਣ ਜਾਵਾਂ ਇਹਨੂੰ ਠਾ ਦਿਓ ਮੈਨੂੰ ਬਿਠਾ ਦਿਓ ਚੰਦਨਰਗੀ ਦੇ ਪੰਗ ਦੇ ਪਹਾੜੇ ਕੋਈ ਅੱਖਾਂ ਪਰ ਆਈਆਂ ਚਲੋ ਦੇਦਾ ਉਹਨੂੰ ਪਰ ਜੋਧਪੁਰੀਆਂ ਨੂੰ ਤਾਂ ਕੁਝ ਵੀ ਮਨਜ਼ੂਰ ਨਹੀਂ ਸੀ ਇੱਕ ਵਾਰ ਮੇਰਾ ਸਹਰਾ ਬੀਹ ਚ ਖੜਾ ਕਿਸੇ ਨਾਲ ਗੱਲਾਂ ਕਰੀ ਪਰ ਮਾਰ ਤਾਂ ਪੰਜਾਬ ਦੇ ਮਾਲਕ ਨੇ ਦੇਸ਼ ਤੇ ਰਾਜ ਕਰਦੇ ਰਹੀ ਹੈ ਆਪਾਂ ਉੱਚ ਕੁਲ ਦੇ ਜੱਟਾਂ ਬਾਕੀ ਤਾਂ ਐਵੇਂ ਨਾਂ ਦੇ ਜੱਟਾ ਤਾਇਆ ਉਹ ਕਿਦਾਂ ਹੰਗਾਰਾ ਪਰਨ ਵਾਲਾ ਬੋਲਿਆ ਸੀ ਪੰਜਾਬ ਦੇ ਥੋੜੇ ਜੱਟ ਤਾਂ ਰਾਜਪੂਤਾਂ ਦੇ ਕੁਲ ਚੋਂ ਆ ਉਹ ਆਪਾਂ ਕੁਝ ਖੱਤਰੀ ਜੱਟ ਵੀ ਹੈਗੇ ਆ ਬਾਕੀ ਤਾਂ ਨੱਠ ਕੇ ਰਲੇਓ ਆ ਸ਼ੂਦਰ ਜੱਟ ਅੱਛਾ ਤਾਇਆ ਆਪਣੇ ਬਿੱਕਰ ਸੌਂਦੇ ਸੋਹਰੇ ਸ਼ੂਦਰਾ ਚੋਂ ਆ ਚੰਦਰ ਗੋਤ ਕਦੇ ਸੁਣਿਆ ਅਸੀਂ ਤਾਂ ਫਸ ਗਏ ਪਹਿਲਾਂ ਪਤਾ ਲੱਗ ਜਾਂਦਾ ਤਾਂ ਕਦੇ ਰਿਸ਼ਤਾ ਨਾ ਜੋੜਦਾ ਉਹ ਸਿੱਧਾ ਕਹਿ ਮੋਰੀ ਦੀ ਅੱਟ ਚਵਾਰੇ ਨੂੰ ਲੱਗ ਗਈ ਗੱਲਾਂ ਸੁਣਨ ਵਾਲੇ ਨੇ ਮੈਨੂੰ ਮੋਰੀ ਦੀ ਅੱਟ ਆਖ ਕੇ ਜਲੀਲ ਕੀਤਾ ਸੀ ਮੈਂ ਆਪਣੇ ਬਾਪ ਨਾਲ ਗੱਲ ਕੀਤੀ ਤਾਂ ਉਹ ਗਾਲਾਂ ਕੱਢਣ ਡਿਆ ਐਵੇਂ ਵੱਡੇ ਰਾਜਪੂਤ ਜੱਟ ਬਣੀ ਫਿਰਦੇ ਆ ਜੱਟ ਤਾਂ ਬਸ ਜੱਟ ਹੁੰਦਾ ਗੱਲ ਸੁਣ ਕੁੜਗੇ ਐਵੇਂ ਨਾ ਕੰਜਰਾਂ ਦੀਆਂ ਗੱਲਾਂ ਸੁਣਿਆ ਕਰ ਹੈਗਾ ਤਾਂ ਮੈਂ ਜੱਟ ਐ ਮੈਨਾਂ ਮੁੱਛਲਾਂ ਜਿਹਾਂ ਤੋਂ ਨਹੀਂ ਡਰਦਾ ਉਹਨਾਂ ਦੀ ਜ਼ਮੀਨ ਦੀ ਝੇਪ ਮੰਦਾ ਸੋਹਰੇ ਦੇ ਫੂਲ ਕਬੋਲ ਖਾਨਦਾਨ ਦੇ ਬੰਨਣ ਤੇ ਮੇਰੀ ਅੰਦਰਲੀ ਔਰਤ ਦਾ ਟਾਕਰਾ ਹੋਣ ਲੱਗਾ ਮੈਨੂੰ ਜੋਧਪੁਰ ਦੇ ਪਰਮਾਰਾਂ ਨਾਲ ਨਫ਼ਰਤ ਹੋ ਗਈ ਰਾਤ ਨੂੰ ਸੁੱਤਣ ਨਹੀਂਦੀ ਹੁੰਦੀ ਰੋਸ਼ਨੀ ਜਗਮਗਾਂਦੀ ਮਰਥਉ ਅੱਖਾਂ ਮੇਰੇ ਤੇ ਗੱਡੀਆਂ ਜਾਂਦੀਆਂ ਮੈਂ ਤੁਰ ਪੈਂਦੀ ਕਿਸੇ ਦੇ ਨਾਲ ਜਾ ਪੈਂਦੀ ਇੱਕ ਰਾਤ ਮੈਂ ਆਪਣੇ ਦਿਓਰ ਨਾਲ ਪੈ ਗਈ ਜਦ ਇਹ ਖੱਪ ਪੈ ਗਈ ਡੈਣ ਨੇ ਇਹ ਵੀ ਮੇਰਾ ਮੁੰਡਾ ਖਾ ਲੈਣਾ ਸਹਰਾ ਕਈ ਦਿਨ ਲੋਹਾ ਲੱਖਾ ਹੋਇਆ ਫਿਰਦਾ ਰਿਹਾ ਸੱਸ ਮੈਨੂੰ ਮੰਜੇ ਤੇ ਪਾ ਗਈ ਸੀ ਮੈਨੂੰ ਪਤਾ ਨਹੀਂ ਸੀ ਲੱਗਾ ਕਿ ਕੀ ਹੋਇਆ ਇਹ ਤਾਂ ਅਗਲੇ ਦਿਨ ਸੱਸ ਦੀਆਂ ਝਿੜਕਾਂ ਤੋਂ ਪਤਾ ਲੱਗਿਆ ਸੀ ਦਿਨਾਂ ਵਿੱਚ ਜਗਤ ਸਿੰਘ ਦਾ ਵਿਆਹ ਹੋ ਗਿਆ ਮੇਰੇ ਨਾਲ ਲਾਗੜਾ ਨਾਲੋਂ ਵੀ ਮਾੜਾ ਵਿਹਾਰ ਹੋਇਆ ਦਿਉਰ ਨੇ ਸ਼ਰਮਾ ਪਾਣ ਤੱਕ ਦੇ ਸ਼ਗਨ ਕਿਸੇ ਹੋਰ ਤੋਂ ਕਰਾਈ ਉਹ ਤੇ ਮੈਂ ਔਖੀ ਸੌਖੀ ਨੇ ਝੱਲ ਲਈ ਪਰ ਬਾਅਦ ਚ ਜਗਤ ਸਿੰਘ ਦੇ ਘਰੋਂ ਬੜੀ ਵੰਢਣ ਕੀ ਰਹਿੰਦੀ ਗੋੜੀਆਂ ਨਵੀਆਂ ਪੋਸ਼ਾਕਾਂ ਪਾਉਣੀਆਂ ਖਵੇਲੀ ਮੱਜਾਂ ਚੋਂ ਆਉਣਾ ਲਪਟਾਂ ਛੱਡਦੀ ਨੇ ਭੱਜੀ ਫਿਰਨਾ ਮੇਰਾ ਚਿੱਤ ਕਰਨਾ ਮੈਂ ਵੀ ਮੇਕਅਪ ਕਰਾਂ ਉਹਦੇ ਅੰਗ ਬਣਾ ਫੱਬਾਂ ਮੈਥੋਂ ਵੀ ਤਰਫ ਲੇਲਦੀਆਂ ਮਹਿਕਾਂ ਆਉਣ ਲੋਕ ਮੈਨੂੰ ਵੀ ਖੜਖੜ ਵੇਖਣ ਵੇਖਣਗੇ ਕਿਉਂ ਨਹੀਂ ਮੈਂ ਉਹਦੇ ਨਾਲ ਵੱਧ ਸੋਣੀ ਭਰ ਜਵਾਨ ਇਸਰਪਾਲੀ ਦੇ ਚਿਹਰੇ ਅੰਗ ਲਾਲ ਦਗ ਦਗ ਕਰਦਾ ਚਿਹਰਾ ਰਾਤ ਪੈਂਦੀ ਮੇਰੀ ਤਰਾਣੀ ਮੇਰੇ ਸਾਹਮਣੇ ਹੁੰਦੀ ਮੈਂ ਤੁਰ ਪੈਂਦੀ ਜਾਂ ਪੇਟੀ ਖੋਲ੍ਹ ਲੈਂਦੀ ਆਪਣੇ ਮੁਖਲਾਵੇ ਵਾਲਾ ਸੂਟ ਪਾ ਲੈਣਾ ਡੋਰੀ ਪਰਾਂ ਦੀ ਲਾਉਂਦੀ ਗੋਟੀ ਵਾਲੀ ਚੁੰਨੀ ਲੈਂਦੀ ਸੰਦੂਕ ਤੇ ਲੱਗੇ ਸ਼ੀਸ਼ੇ ਮੂਰੇ ਖੜ ਜਾਂਦੀ ਅਧੂਰੀ ਹੁੰਦੀ ਜੋ ਨੀਲਾ ਕੇ ਪਾਸੇ ਰੱਖ ਦਿੰਦੀ ਮੇਕਅਪ ਕਰਦੀ ਚੈਂਜਰਾਂ ਪਾਉਂਦੀ ਕੰਨਾਂ ਵਿੱਚ ਕਾਂਟੇ ਤੇ ਗਲੇ ਦਾ ਖਾਰ ਪਾ ਲੈਂਦੀ ਬੋਟੀ ਬਣ ਗਾਉਣ ਲੱਗਦੀ ਸੁੱਤੇ ਪਏ ਬੱਚਿਆਂ ਨਾਲ ਲਿਫਟ ਜਾਂਦੀ ਉਹਨਾਂ ਨੂੰ ਚੁੰਮਣਾ ਚੱਟਣਾ ਸ਼ਿष्य ਵਿੱਚੋਂ ਬਿੱਕਰ ਸੋਂਦਾ ਝੋਲਾ ਪੈਣਾ ਉਹਨੇ ਮੇਰੇ ਗਲ ਤੁਰੇ ਆਉਣਾ ਕੋਲਾ ਕੇ ਲੋਫ ਹੋ ਜਾਣਾ ਬਿੱਕਰ ਦੀ ਜਗਾ ਪਿੰਡ ਦੇ ਕਈ ਬੰਦਿਆਂ ਨੇ ਲੈ ਲੈਣੀ ਉਹਨਾਂ ਮੇਰੇ ਦੋਲੇ ਘੇਰਾ ਪਾ ਲੈਣਾ ਹੱਸਣ ਲੱਗ ਪੈਣਾ ਮੈਂ ਹੱਸਣ ਲੱਗਣਾ ਤਾਂ ਤਾਕੀ ਕੋਲ ਸੌਹਰਾ ਖੜਾ ਹੋਣਾ ਮੈਂ ਡਰ ਜਾਣਾ ਮੂੰਹ ਕੋਟਿਆਂ ਵਿੱਚ ਦੇ ਲੈਣਾ ਮੂੰਹ ਚੁੱਕਣਾ ਨਾ ਸੌਹਰਾ ਹੋਣਾ ਤੇ ਨਾ ਪਿੰਡ ਦੇ ਮੁੰਡੇ ਮੈਂ ਉੱਠ ਕੇ ਤਾਕੀ ਬੰਦ ਕਰਨੀ ਰੋਣ ਲੱਗ ਪੈਣਾ ਹਵੇਲੀ ਕੋਲੋਂ ਖੇਤਾਂ ਨੂੰ ਰਾਹ ਜਾਂਦਾ ਸੀ ਪਿੰਡ ਦੀਆਂ ਕੁੜੀਆਂ ਬੋਟੀਆਂ ਨੇ ਉਧਰੋਂ ਅੰਦਰ ਬਾਹਰ ਜਾਣਾ ਹੁੰਦਾ ਸੀ ਮੈਂ ਉਹਨਾਂ ਦੇ ਪায়ে ਲੀੜੀਆਂ ਲਵੇਖਦੀ ਉਹਨਾਂ ਦੀਆਂ ਟੀਚਰਾਂ ਹਾਸਿਆਂ ਚ ਗਵਾਚ ਜਾਂਦੀ ਰਾਤ ਪੈਂਦੀ ਪੇਟੀ ਖੁੱਲ੍ਹ ਜਾਂਦੀ ਦੰਦਾ ਨੂੰ ਦਦਾਸਾ ਮਲਣਾ ਲੱਗਣਾ ਜਾਂ ਸੁਰਮਾ ਪਾਉਣ ਲੱਗਣਾ ਤਾਂ ਡਰ ਜਾਣਾ ਇੱਕ ਵਾਰ ਮੈਂ ਥੋੜੇ ਹਾਂ ਨਾ ਗਿਆ ਮੈਂ ਬਣ ਫੱਬ ਕੇ ਬੈਠੀ ਸੀ ਦੰਦਾਸਾ ਵੀ ਮਲ ਲਿਆ ਸੀ ਤੇ ਅੱਖਾਂ ਵਿੱਚ ਸੁਰਮਾ ਵੀ ਪਾ ਲਿਆ ਸੀ ਟੜਕਾ ਹੋਇਆ ਤਾਂ ਸਹੁਰੇ ਦੀ ਟਾਂਗ ਉਲੜਦੀ ਦੇਖੀ ਹੈ ਰੰਡੀ ਹੋ ਕੇ ਸੁਹਾਗਣਾਂ ਵਾਲੇ ਕਾਰਵਿਹਾਰ ਕਰਦੀ ਹੈ ਪਿੰਡ ਦੇ ਬੁੜੇ ਬੁੜੀਆਂ ਨੇ ਦੰਧਾ ਚੁੰਗਲਾਂ ਲੈ ਲਈਆਂ ਮੈਂ ਕਿੰਨੇ ਸਾਰੇ ਚਿਹਰਿਆਂ ਨੂੰ ਦੇਖ ਕੇ ਘਬਰਾ ਗਈ ਸੀ ਦਰਵਾਜ਼ਾ ਖੋਲਿਆ ਤਾਂ ਤਾਕੀ ਖੋਲ ਤਾਂ ਕੋਈ ਨਹੀਂ ਸੀ ਮੈਂ ਜਲਦੀ ਜਲਦੀ ਕੱਪੜੇ ਤੇ ਗਹਿਣੇ ਲਾਹੀ ਅੱਖਾਂ 'ਚ ਪਾਣੀ ਦੇ ਛਿੱਟੇ ਮਾਰ-ਮਾਰ ਕੇ ਸੁਰਮਾ ਕੱਢਿਆ ਬੁੱਲਾ ਨੂੰ ਤੋਤਾ ਦੰਧਾ ਨੂੰ ਕੋਲੇ ਨਾਲ ਕਾਲਾ ਪੀਲਾ ਕੀਤਾ ਪਹਿਲਾਂ ਤਾਂ ਮੇਰਾ ਚਿਤ ਕੀਤਾ ਰਹਿਣਦਿਆ ਆਪਣੀ ਰੀਤ ਪੂਰੀ ਕਰਾਂ ਮੇਰਾ ਕੋਈ ਮਰਦ ਹੋਵੇ ਬਗਾਵਤ ਕਰਦਿਆਂ ਤੋੜ ਦੇਮਾਂ ਸਭ ਜੋਧਪੁਰ ਦੇ ਪਰਮਾਰ ਖਾਨਦਾਨ ਦੀਆਂ ਰੀਤਾਂ ਆਪਣੇ ਮਨਪੰਦ ਦੇ ਕੱਪੜੇ ਪਾਵਾਂ ਮਨਪੰਦ ਦਾ ਖਾਵਾਂ ਪਰ ਇਹ ਤਾਂ ਸ਼ੇਖ ਚਿਲੀ ਦੇ ਸੁਪਨੇ ਸਨ ਚਾਹੇ ਦਰਾਣੀ ਸੀ ਤੇ ਚਾਹੇ ਫਰਨੀ ਵਿੱਚੋਂ ਲੰਘਣ ਵਾਲੀਆਂ ਹੋਰ ਔਰਤਾਂ ਮੈਂ ਉਹਨਾਂ ਦੇ ਮੱਥੇ 'ਤੇ ਨਾ ਲੱਗਣ ਦੀ ਕੋਸ਼ਿਸ਼ ਕਰਦੀ ਉਹਨਾਂ ਨੂੰ ਵੇਖ ਕੇ ਅੰਦਰ ਰੁਕ ਜਾਂਦੀ। ਕੱਪੜਿਆਂ ਵਿੱਚ ਮੂੰਹ ਦੇ ਕੇ ਰੋਣ ਲੱਗ ਪੈਂਦੀ। ਮਨੋਂ ਚਾਟ ਹੋ ਜਾਂਦਾ। ਕਹਿਣੇ ਤੇ ਕੱਪੜੇ ਪਾਉਂਦੀ ਰਹਿੰਦੀ ਤੇ ਲਾਂਦੀ ਰਹਿੰਦੀ। ਚੁੱਪ ਕਰਦੀ ਤਾਂ ਕਰੀ ਹੋਈ ਰਹਿੰਦੀ। ਉਦੋਂ ਮੇਰੇ ਕੋਲ ਦੋ ਰਾਹ ਸਨ। ਕਿਸੇ ਨਾਲ ਭੱਜ ਜਾਾਂ ਜਾਂ ਮੈਂ ਸੱਚਮੁੱਚ ਪਾਗਲ ਹੋ ਗਈ ਸੀ। ਸੁੱਤੀ ਪਈ ਉੱਠ ਕੇ ਤੁਰ ਪੈਣ ਦੀ ਬਿਮਾਰੀ ਬਦੀ ਤਾਂ ਸੱਸ ਮੇਰੇ ਕੋਲ ਸੌਣ ਲੱਗੀ। ਉਹ ਮੋੜ ਕੇ ਲੈ ਜਾਂਦੀ। ਮੇਰੇ ਘਰ ਬਦਰੂਹਾਂ ਦਾ ਵਾਸ ਹੋ ਗਿਆ। ਘਰ ਵਿੱਚ ਪਏ ਸਮਾਨ ਨੂੰ ਅੱਗ ਲੱਗ ਜਾਣੀ। ਪੇਟੀ ਨੂੰ ਜਿੰਦਾ ਲੱਗਾ ਹੋਣਾ। ਚਾਬੀ ਮੇਰੇ ਬੋਝੇ 'ਚ ਹੋਣੀ। ਪੇਟੀ ਵਿੱਚਲੇ ਕੱਪੜੇ ਸੜ ਜਾਣੀ ਜਾਂ ਕੱਟੇ ਹੋਏ ਹੋਣੇ। ਨੱਥਾਂ ਸੁ ਪਰਮਾਰ ਦੀ ਨੂੰ ਨੂੰ ਉਪਰੀ ਕਸਰ ਹੋਣ ਦਾ ਪਿੰਡ 'ਚ ਰੌਲਾ ਪੈ ਗਿਆ। ਲੋਕ ਮੈਤੋਂ ਡਰਨ ਲੱਗੇ। ਇਹ ਤਾਂ ਮਨਹੂਸ ਆ। ਦੈਣ ਐ ਇਹਦੇ ਮੱਥੇ ਨਾ ਲੱਗਿਓ ਮਾਵਾ ਬੱਚਿਆਂ ਨੂੰ ਮੈਥੋਂ ਲੁਕਾ ਲੈਂਦੀਆਂ ਮੇਰੀ ਦਰਾਣੀ ਦੇ ਕੱਪੜਿਆਂ ਤੇ ਵੀ ਕਰੂਪੀ ਪੈ ਗਈ ਉਹਨੇ ਕੱਪੜੇ ਧੋਕੇ ਤਾਰ ਤੇ ਸੁਕਣੇ ਪਾਣੇ ਗਾਇਬ ਹੋ ਜਾਣੇ ਤੇ ਕਦੇ ਕੱਟੇ ਜਾਣੇ ਪਰ ਇਲਜ਼ਾਮ ਮੈਨੂੰ ਆਉਣ ਲੱਗੇ ਜਿੱਦਾਂ ਮੈਂ ਉਹਦੇ ਕੱਪੜੇ ਖੇ ਖਰਾਬ ਕਰਦੀ ਹੁੰਮਾ ਉਹਨੇ ਹਵੇਲੀ ਆਣਾ ਛੱਡਤਾ ਮੈਨੂੰ ਆਪ ਦੇ ਘਰ ਵੜਨ ਨਾ ਦਿੰਦੀ ਉਹਨੇ ਦੋ ਨਿਆਣੇ ਜੰਮੇ ਚਿੱਠਾ ਜਗਿੰਦਰ ਸੀ ਜਿੰਦਰ ਤੋਂ ਬਾਅਦ ਬਲਜਿੰਦਰ ਹੋਈ ਮੈਨੂੰ ਨੇੜੇ ਨਹੀਂ ਟੁੱਕਣ ਦਿੱਤਾ ਕਈ ਸਾਲ ਨਿਆਣਿਆਂ ਨੇ ਮੈਨੂੰ ਦੇਖਣ ਸਾਰੀ ਬਾਝ ਜਾਣਾ ਮੇਰੇ ਇੱਕ ਚੜਨੀ ਇੱਕ ਉੱਤਰ ਨਹੀਂ ਮੇਰੇ ਨਿਆਣਿਆਂ ਨੂੰ ਬੁਲਾਣਾ ਨਾ ਮੈਂ ਹੈਰਾਨ ਸੀ ਉਹ ਲੋਕ ਮੇਰੇ ਦੁਸ਼ਮਣ ਕਾ ਤੋਂ ਕਣ ਬਣ ਬੈਠੇ ਕੱਪੜਿਆਂ ਦਾ ਤਾਂ ਮੇਰਾ ਵੱਧ ਨੁਕਸਾਨ ਹੋਇਆ ਸੀ ਮਾਪਿਆਂ ਨੇ ਨਵੇਂ ਨਕੂਰ ਵਧੀਆ ਸੂਟ ਦੇਣੇ ਉਹਨਾਂ ਦਾ ਗਾਇਬ ਹੋਣਾ ਜਾਂ ਕੱਟਣ ਬਾਰੇ ਪਤਾ ਨਾ ਲੱਗਣਾ ਆ ਜਿਹੜੀ ਰੁਪਾਲੀ ਪਈ ਆ ਨਾ ਇਹ ਨਹੀਂ ਮੰਨਦੀ ਅੰਨਾ ਗੱਲਾਂ ਨੂੰ ਕਹੂਗੀ ਮਾਂ ਜੀ ਕੱਪੜਿਆਂ ਨੂੰ ਕੱਟਦੇ ਵੀ ਤੁਸੀਂ ਸੀ ਤੇ ਅੱਗ ਵੀ ਤੁਸੀਂ ਲਾਉਂਦੇ ਸੀ ਰੀਜਾਂ ਜਿਉਂ ਦੱਬੀਆਂ ਰਹਿ ਗਈਆਂ ਸੀ ਮੈਂ ਇਹਦੀ ਵੱਡੂ ਪੜਾਕੂ ਦੀ ਨਾ ਗੱਲ ਸੁਣ ਕੇ ਬੜੀ ਹੈਰਾਨ ਹੋਈ ਬਈ ਦੱਸ ਮੈਂ ਆਪਣੇ ਆ ਕੱਪੜਿਆਂ ਨੂੰ ਕਾਹਨੂੰ ਅੱਗ ਲਾਣੀ ਆ ਇਹ ਤੇ ਭਲਾ ਹੋਵੇ ਮੇਰੀ ਸੱਸ ਦਾ ਵਿਚਾਰੀ ਮੈਨੂੰ ਸੰਤਾਂ ਕੋਲ ਲੈ ਕੇ ਫਿਰਦੀ ਰਹੀ ਕਿਤੇ ਆਰਾਮ ਆ ਜਾਣਾ ਕਿਤੇ ਨਾ ਆਉਣਾ ਪੰਜੀਛੇ ਮਹੀਨੀ ਫੇਰ ਦੌੜਾ ਪੈ ਜਾਣਾ ਮੈਨੂੰ ਖੇੜ ਚੜਦੀ ਹੁੰਦੀ ਸੀ ਸਾਧਾ ਨੇ ਚਿੰਟਿਆਂ ਨਾਲ ਕੁੱਟਣਾ ਮੈਂ 15-20 ਬੰਦਿਆਂ ਕੋਲੋਂ ਛੋਟ-ਛੋਟ ਭੱਜਣਾ ਪਤਾ ਨਹੀਂ ਮੇਰੇ ਚੈਨਾ ਜ਼ੋਰ ਕਿੱਥੋਂ ਆ ਜਾਣਾ ਮੇਰੇ ਮਾਪਿਆਂ ਨੇ ਬਥੇਰਾ ਾਲਾਜ ਕਰਾਇਆ ਜਦੋਂ ਮੇਰਾ ਬڑا ਪੁੱਤ ਬਲਵਿੰਦਰ ਦਸਮੀ ਕਰ ਗਿਆ ਤਾਂ ਜਾ ਕੇ ਜੰਨ ਜਨੌਰਾਂ ਤੋਂ ਖਲਾਸੀ ਹੋਈ ਜਿਆਜੋ ਜਿਉਂਦਾ ਹੁੰਦਾ ਇਹਨੂੰ ਦਾਸ ਦਾ ਵੱਡੀ ਸਾਇੰਸ ਦਾਨ ਨੂੰ ਇਹਦੇ ਪਿਓ ਨੂੰ ਪੁੱਛੇ ਉਹ ਕਹੇਗਾ ਐਵੇਂ ਬੁੜੀ ਪਖੰਡ ਕਰਦੀ ਐ ਇਹਦੇ ਪਿਓ ਨੇ ਤਾਂ ਹੱਥ ਚੁੱਕੀ ਪਈ ਐ ਜਿੱਦਣ ਦੀ ਰਪਾਲੀ ਨੇ ਦਿਦਾਰ ਨਾਲ ਵਿਆਹ ਕਰਾਉਣ ਦੀ ਗੱਲ ਕੀਤੀ ਆ ਨਾ ਸਾਨੂੰ ਦੋਹਾਂ ਨੂੰ ਵੱਡਣ ਨੂੰ ਫਿਰਦਾ ਅੱਜ ਕਿਤੇ ਹੁੰਦਾ ਮੇਰਾ ਬਲਵਿੰਦਰ ਪੁੱਤ ਉਹਦੇ ਅਰਗੇ ਬੀਬੇ ਮੁੰਡੇ ਕਿਤੇ ਘਰ ਘਰ ਜੰਮਣੇ ਆ ਉਹ ਪੜਨ ਨੂੰ ਪੜਾ ਸ਼ਹਿਰ ਸੀ 10ਵੀਂ ਚੋਟੇਰ ਸਾਰੇ ਨੰਬਰ ਲਈ ਜਦੋਂ ਤੱਕ ਪੜਿਆ ਸਰਕਾਰ ਵਜੀਫਾ ਦਿੰਦੀ ਰਹੀ ਸੱਖ ਨਾਲ ਐਸ ਡੀਓ ਲੱਗ ਗਿਆ ਸੀ ਘਰ ਚ ਲਹਿਰਾਂ ਬਹਿਰਾਂ ਲਿਆਣ ਵਾਲਾ ਉਹੀ ਐ ਕਰਤਾਰੋ ਕਹ ਰਾ ਜੋ ਬਲਵਿੰਦਰ ਦੇ ਅਫਸਰ ਜਾ ਰਾਂਣਗੇ ਕੀ ਕਹਿਣਗੇ ਸੋਹਰਾ ਮਮੋ ਠਗਣਾ ਬਣ ਕੇ ਬੋਲਿਆ ਸੀ ਮੈਂ ਚੁੱਪ ਰਹੀ ਸੀ ਦੇਰਦਰਾਨੀ ਨੇ ਦੂਏ ਤੀਏ ਦਿਨ ਘਰਾ ਭੈਣਾਂ ਮੁੰਡਿਆਂ ਨੂੰ ਘਰਾਂ ਲ ਖੇਚਣਾ ਆਪਣੇ ਆਂ ਦਾ ਹੀਜ ਜਾਗ ਪਿਆ ਸੀ ਉਹਨਾਂ ਦੇ ਦੋਨੋਂ ਮੁੰਡਾ ਕੁੜੀ ਕਾਲਜ ਪੜ੍ਹਦੇ ਸੀ ਮੇਰੇ ਪੁੱਤ ਕੋਲ ਪੜਨ ਨਾ ਜਾਣਾ ਆਪਣੇ ਬਣ ਬਣ ਦੱਸਣਾ ਝੂਠੇ ਕਿਤੋਂ ਦੇ ਵੀਰ ਜੀ ਘਰ ਚੱਲੋ ਮੁਸਕ ਵਿੱਚ ਬੈਠੇ ਰਹਿੰਦੇ ਹੋਂ ਬਲਜਿੰਦਰ ਨਖਰੋ ਆਪਣੇ ਮਤਲਬ ਲਈ ਮੇਰੇ ਪੁੱਤ ਨੂੰ ਵੀਰ ਜੀ ਵੀਰ ਜੀ ਕਹਿੰਦੀ ਭਰਦੀ ਮੈਂ ਤਾਂ ਉਹਨਾਂ ਤੋਂ ਤੰਗ ਆ ਗਈ ਸੀ ਹਰ ਕੇਜੀ ਮੇਰੇ ਪੁੱਤ ਨੇ ਸਰਕਾਰੀ ਕੁਆਟਰ ਲੈ ਲਿਆ ਨਖਸਮਿਆਂ ਦਾ ਖਿਹੜਾ ਛੁੱਟਿਆ ਤਾਂ ਸ਼ੁਕਰ ਕੀਤਾ ਚਾਰ ਪੰਜ ਸਾਲ ਪੁੱਤ ਨੇ ਬਥੇਰਾ ਪੈਸਾ ਕਮਾਇਆ ਸਹੁਰੇ ਤੋਂ ਜ਼ਮੀਨ ਦਾ ਹਿੱਸਾ ਲਿਆ ਪਿੰਡ ਕੋਠੀ ਬਣਵਾਈ ਕੋਠੀ ਵਿੱਚ ਜਾ ਕੇ ਬਲਵਿੰਦਰ ਦਾ ਚਰਨਜੀਤ ਨਾਲ ਵਿਆਹ ਹੋਇਆ ਮੈਂ ਉਹਨਾਂ ਨੂੰ ਵਿਆਹ 'ਚ ਸੱਦਣਾ ਨਹੀਂ ਸੀ ਚਾਹੰਦੀ ਮਜਬੂਰੀ ਨੂੰ ਸੱਦਣੇ ਪੈ ਗਏ ਪਰ ਮੈਂ ਚਾ ਉਧਰ ਨਹੀਂ ਕਰਨ ਦਿੱਤੀ ਪਿਓ ਦੀ ਮਿਲਣੀ ਬਲਵਿੰਦਰ ਦੇ ਮਾਸੜ ਕੋਲੋਂ ਕਰਾਈ ਮਾਰ ਕੇ ਤੇ ਜਗ ਤੇ ਨੂੰ ਨਿਹਰਣੀਆਂ ਆਣ ਇਸ ਧੀਮੀ ਨੇ ਸਾਨੂੰ ਜਿੰਦੇ ਜੀ ਮਾਰਤਾ ਵੇ ਪਿਓ ਪੁੱਤ ਬੜਾ ਤੜਫੇ ਬੁੜੇ ਨੇ ਆਪਣੀ ਔਲਾਦ ਦੀਆਂ ਨਾ ਖਾਨਦਾਨ ਦੀਆਂ ਬੁੜੀਆਂ ਬੜਕਾਂ ਮਾਰੀਆਂ ਪਰ ਮੈਂ ਨਹੀਂ ਮੜਾ ਬੀਬੇ ਦਿਆ ਵਿਆਹ ਤੋਂ ਜਲਦੀ ਬਾਅਦ 2-3 ਮਹੀਨੇ ਮਗਰੋਂ ਬੁੜਾ-ਬੁੜੀ ਮਰ ਕੇ ਪਹਿਲਾਂ ਮੇਰੀ ਸੱਸ ਮਰੀ ਮੈਂ ਬੜਾ ਹੀ ਰੋਈ ਪਰ ਉਸੇ ਵੱਡੇ ਪਰਮਾਰ ਦੇ ਮਰਨ ਤੇ ਮੇਰੀ ਦੇਹ ਤੇ ਕੋਈ ਅਸਰ ਨਾ ਹੋਇਆ ਘਰ ਵਿੱਚ ਚਰਨਜੀਤ ਦੇ ਆਉਣ ਨਾਲ ਰੌਣਕ ਜੀ ਲੱਗੀ ਸੀ ਉਦਾਂ ਵੀ ਘਰ ਚ ਬਥੇਰੀ ਸਰਗੀ ਸੀ ਬਾਹਰਦਰ ਪਾੜਨ ਚੱਲਿਆ ਗਿਆ ਸੀ ਬਲਵਿੰਦਰ ਡੀਟੀ ਤੇ ਅਸੀਂ ਨੂੰ ਸੱਸ ਘਰੇ ਮੌਜਾਂ ਕਰਦੀਆਂ ਮਨਪੰਨ ਦਾ ਖਾਂਦੀਆਂ ਪਹਿਨਣ ਵੇਲੇ ਮੈਂ ਵਿਧਵਾ ਹੋ ਕੇ ਰਹਿ ਜਾਂਦੀ ਮੈਂ ਫੇਰ ਪਟਕ ਗਈ ਸੀ ਬੋਟੇ ਆਂਗ ਬਾਣ ਫੱਬ ਕੇ ਰਹਿਣ ਨੂੰ ਚਿਤ ਕਰਨ ਲੱਗਾ ਚਰਨ ਜੀਤਾਲੇ ਹਾਰ ਸ਼ਿੰਗਾਰ ਤੇ ਚੋਲ ਮੋਲ ਕਰਨੋਂ ਚਤਕਾਲਾ ਪੈ ਜਾਂਦਾ ਨਾਲੇ ਕਿਹੜਾ ਸੋਹਰਾ ਚਿੰਦਾ ਸੀ ਮੈਂ ਇੱਕ ਦੋ ਵਾਰ ਮਨਾਹੀ ਕੀਤੀ ਵੀ ਪਰ ਬਹਾਦਰ ਕੀ ਸੌਰੇ ਔਖੇ ਹੋਈ ਫਿਰਨ ਜਲਦੀ ਹੀ ਪਤਾ ਲੱਗ ਗਿਆ ਕਿ ਸਾਰਾ ਦੇਸ਼ ਸੌਰਿਆਂ ਦਾ ਇੱਕ ਨੱਥਾ ਸਿੰਘ ਪਰਮਾਰ ਦੇ ਮਰਨ ਨਾਲ ਕੀ ਫਰਕ ਪੈਂਦਾ ਬੰਦਾ ਕਿੱਥੇ ਡੁੱਬ ਮਰੇ ਜਨਾਨੀ ਆ ਨਾ ਕਰੇ ਉਹ ਨਾ ਕਰੇ ਇਦਾਂ ਨਾ ਚੱਲੇ ਉਹ ਦਾਣਾ ਦੇਖੇ ਔਰਤ ਨਾ ਹੋਈ ਮੋਮ ਦਾ ਨੱਕ ਹੋ ਗਿਆ ਜਿੱਧਰ ਚਾਹਿਆ ਮੋੜ ਲਿਆ ਮੇਰਾ ਚਤ ਕਰਦਾ ਕੋਠੇ ਚੜਕੇ ਰੌਲਾ ਪਾਵਾਂ ਕਹਾਂ ਲੋਕੋ ਮੈਨੂੰ ਜੀਣ ਦਿਓ ਮੈਂ ਜੀਣਾ ਚਾਹੁੰਦੀ ਆ ਨਾ ਮੈਂ ਕੁਛ ਕਹਿ ਸਕੀ ਨਾ ਮੇਰੀ ਰੀਜ ਪੂਰੀ ਹੋਈ ਚਰਨਜੀਤ ਦੇ ਸਾਲ ਬਾਅਦ ਕੱਕੇ ਨੇ ਜਨਮ ਲਿਆ ਮੈਂ ਤਾਂ ਫੁੱਲੀ ਨਾ ਸੁਵਾਈ ਸਾਡੇ ਤਾਂ ਵੇੜੇ ਨੂੰ ਭਾਗ ਲੱਗ ਗਏ ਸੀ ਪਰ ਇੱਕ ਨਾਲ ਦੁੱਖ ਵੀ ਹੋਇਆ ਡਾਕਟਰਾਂ ਨੇ ਗਾਂ ਨਿਆਣਾ ਨਹੀਂ ਹੋ ਸਕਦਾ ਕਹਿ ਕੇ ਸਾਰੇ ਟੱਬਰ ਨੂੰ ਦੁਖੀ ਕੀਤਾ ਸੀ ਪਰ ਕਾਕੇ ਦੀ ਖੁਸ਼ੀ ਨੇ ਡਾਕਟਰਾਂ ਦੀ ਇਹ ਗੱਲ ਭੁਲਾਤੀ ਸੀ ਐਵੇਂ ਕਹਾ ਬਲਵਿੰਦਰ ਨੇ ਮੈਨੂੰ ਬਹੁਤੇ ਦੁੱਖ ਭੁਲਾਤੀ ਸੀ 2-3 ਸਾਲ ਘਰ ਵਿੱਚ ਖੂਬ ਰੌਣਕਾਂ ਰਹੀਆਂ ਕਾਕਾ ਨੱਠਾ ਵੱਜਾ ਫਿਰਦਾ ਦਾਦੀ ਪੋਤਾ ਖੇਡਦੇ ਰਹਿੰਦੇ ਰਪਾਲੀ ਨੇ ਹੌਂਕਾ ਲਿਆ ਘਰਿਆ ਮੈਂ ਛੁੱਟੀ ਵਾਲਾ ਦਿਨ ਸੀ ਖੰਡ ਉੱਠਣ ਦਾ ਨਾਂ ਨਹੀਂ ਸੀ ਲੈਣ ਦੇ ਰਹੀ ਮੈਂ ਤਾਂ ਰਜਾਈ ਵਿੱਚੇ ਬੈਠੀ ਰਹੀ ਬਹੂ ਤੇ ਮੁੰਡਾ ਉੱਠੇ ਤਾਂ ਨਹਾਣ ਦੀ ਤਿਆਰੀ ਕਰਨ ਲੱਗੇ ਬਹੂ ਨੇ ਪਾਣੀ ਗਰਮ ਕਰਨ ਲਈ ਟੱਬ 'ਚ ਰਾਡ ਲਾਤੀ ਤੇ ਆਪ ਦੋਨੋਂ ਬਰਸ਼ ਕਰਨ ਲੱਗ ਪਏ ਕੋਲ ਕਾਕਾ ਖੇਡਦਾ ਸੀ ਉਹ ਖੇਡਦਾ ਖੇਡਦਾ ਗਰਮ ਵਾਲੇ ਪਾਣੀ ਵਾਲੇ ਟੱਬ 'ਚ ਜਾ ਪਿਆ ਚੀਕ ਚਹਾੜਾ ਪੈ ਗਿਆ ਕਾਕਾ ਮਿੰਟਾਂ 'ਚ ਹੀ ਲੋਹਿਆ ਗਿਆ ਹਸਪਤਾਲ ਵਾਲਿਆਂ ਦੇ ਤਾਂ ਐਵੇਂ ਪੈਸੇ ਹੀ ਦੇਣੇ ਸੀ ਸ਼ਾਮ ਨੂੰ ਡਾਕਟਰਾਂ ਨੇ ਜਵਾਬ ਦੇਤਾ ਸੀ ਬਲਵਿੰਦਰ ਤੋਂ ਕੱਕੇ ਦਾ ਮੁੱਕਣਾ ਸਹਾਰਿਆ ਨਾ ਗਿਆ ਉਹ ਖੁਦ ਨੂੰ ਇਸ ਕਹਿਰ ਦਾ ਦੋਸ਼ੀ ਮੰਨਣ ਲੱਗ ਪਿਆ ਸੀ ਮੈਂ ਬਥੇਰਾ ਸਮਝਾਇਆ ਕਿ ਹੋਣੀ ਨੂੰ ਕੋਈ ਨਹੀਂ ਟਾਲ ਸਕਦਾ ਪਰ ਉਹਨੇ ਦਿਲ ਤੇ ਲਾ ਲਈ ਸੀ ਉਹਨੂੰ ਕਹਿੰਦੇ ਵੀ ਕੀ ਆਖਰ ਬੱਚਾ ਹੋਣ ਦਾ ਹੌਸਲਾ ਵੀ ਨਹੀਂ ਦਿੱਤਾ ਜਾ ਸਕਦਾ ਸੀ ਪਸੋਂਸ ਦਿਨ ਤੋਂ ਬਾਅਦ ਮੇਰਾ ਪੁੱਤ ਟੁੱਟ ਗਿਆ। ਨਾ ਖਾਣ ਪੀਣ ਦੀ ਸੁਧ, ਨਾ ਨੌਕਰੀ ਦਾ ਖਿਆਲ, ਆਪਣੇ ਆਪ ਚੀਤੁਰਿਆ ਫਿਰਦਾ। ਸੁਭਾਈ ਚੜਚੜਾ ਹੋ ਗਿਆ। ਕਿਸੇ ਨੂੰ ਘਾਟੀ ਬੁਲਾਉਂਦਾ। ਚਰਨਜੀਤ ਦਾ ਕੁਝ ਪਤਾ ਹੀ ਨਹੀਂ ਲੱਗ ਰਿਹਾ ਸੀ। ਉਹ ਵੀ ਪਹਿਲੇ ਵਾਲੀ ਬਹੂ ਨਹੀਂ ਰਹੀ ਸੀ। ਹੱਸਦਾ ਖੇਡਦਾ ਘਰ ਉੱਜੜ ਗਿਆ ਸੀ। ਚਰਨਜੀਤ ਨੂੰ ਬੜੇ ਚਾਹ ਲਾੜ ਨਾਲ ਰੱਖਿਆ ਸੀ। ਮੇਰਾ ਕਦੇ ਸੱਸ ਬਣਨ ਨੂੰ ਮਨ ਕਾਲਾ ਪੈਂਦਾ ਤਾਂ ਵੀ ਆਪਣੀ ਅੰਦਰਲੀ ਸੱਸ ਨੂੰ ਦਵਾ ਦਿੰਦੀ ਪਰ ਚਰਨ ਜੀ ਤਾਂ ਨੂੰ ਹੋਣੀ ਬੈਠੀ ਸੀ ਵੇਖ ਮਾਤਾ ਬੰਦੇ ਮੇਰੇ ਦੀ ਕਮਾਈ ਨਾਲੇ ਛੋਟਾ ਪੈਸਿਆਂ ਦਾ ਕੁੰਡਾ ਕਰੀ ਜਾਂਦਾ ਨਾਲੇ ਲੋਕਾਂ ਦੀਆਂ ਕੁੜੀਆਂ ਤੋਂ ਜੁੱਤੀਆਂ ਖਾ ਕੇ ਖਾਨਦਾਨ ਦਾ ਨਾਂ ਪਲੀਤ ਕਰੀ ਜਾਂਦਾ ਪੁੱਤ ਪੁੱਤ ਉਹਦਾ ਕਿਹੜਾ ਪਿਓ ਸਿਰ ਤੇ ਆ ਨਾਲੇ ਭਰਾਵਾਂ ਦਾ ਕੁਝ ਬੰਡਿਆ ਹੁੰਦਾ ਮੈਂ ਬਹੂ ਨੂੰ ਪਤਿਉਣਾ ਚਾਹਿਆ ਸਾਰੇ ਉਹਨਾਂ ਨੂੰ ਲੁੱਟੀ ਜਾਂਦੇ ਆ ਉਹ ਮੇਰੇ ਨਾਲ ਆड्डा ਲਾਉਣ ਨੂੰ ਤਿਆਰ ਸੀ। ਮੈਨੂੰ ਬੜਾ ਗੁੱਸਾ ਆਇਆ। ਵੀ ਦੱਸ ਤੈਂ ਉਹਨੂੰ ਪੱਟੋਂ ਪਾੜ ਕੇ ਕੱਢਿਆ। ਮਾਪੇ ਪਹਿਲਾਂ ਲਖੂਰਾ ਨਾਲ ਬੱਚੇ ਪਾਲਣ, ਫੇਰ ਨੌਕਰੀ ਲਾਉਣ ਤੇ ਨੂੰ ਆ ਕੇ ਮਾਲਕ ਬਣ ਜਾਂਦੀਆਂ। ਮੈਂ ਪਹਿਲਾਂ ਝਾੜਨ ਲੱਗੀ ਸੀ। ਫਿਰ ਚੁੱਪ ਹੀ ਰਹੀ। ਉਹ ਤੇ ਕਿਸੇ ਦੀ ਚੁੱਪ ਵਿੱਚ ਸੀ। ਮਾਪੇ ਵੀ ਸਖਾਲੀ ਰੱਖਦੇ। ਧੇਰ ਦਰਾਣੀ ਦੀ ਆਰ ਲਈ ਰੱਖਦੇ। ਮੈਥੋਂ ਬਗੈਰ ਮੇਰਾ ਪੁੱਤ ਕਦਮ ਨੀਸੀ ਪਟਦਾ। ਨਾਉ ਮੈਥੋਂ ਬਗਾਇ ਜੀ ਸਕਦਾ ਸੀ ਤੇ ਨਾ ਹੀ ਮੈਂ ਉਸ ਤੋਂ ਬਗਾਇ ਆਹ ਕੁੜੀ ਨਹੀਂ ਮੰਦੀ ਉਸ ਚਰਨ ਜਿਤਨੇ ਮੇਰੇ ਪੁੱਤ ਨੂੰ ਕਿਸੇ ਸੰਤ ਕੋਲੋਂ ਕੁਛ ਕਰਾਤਾ ਸੀ ਡੇਰੇ ਤੁਰੀ ਰਹਿੰਦੀ ਪਤਾ ਨਹੀਂ ਚੰਦਰੀ ਨੇ ਕਿਆ-ਕਿਆ ਲਿਆ ਕੇ ਖਲਾਤਾ ਪੁੱਤ ਅੱਗੇ ਨਾਲੋਂ ਵੀ ਜਾਂਦਾ ਲੱਗਾ ਸੁੱਕ ਕੇ ਤੀਲੇ ਅਰਗਾ ਹੋ ਗਿਆ ਘੜੀ ਅਰਗਾ ਗੱਪੜੂ ੜੜਪੜ ਕਰ ਹੀ ਰੱਖਦਾ ਕੋਈ ਕਹਿੰਦਾ ਦਿਮਾਗ ਖਰਾਬ ਹੋ ਗਿਆ ਮੁੰਡੇ ਨੂੰ ਕੁਛ ਖਲਾਇਆ ਲੱਗਦਾ ਕਵੰਡਣ ਪਿਆਰੀ ਨੇ ਦੱਸਿਆ ਸੀ ਉਹ ਤਾਂ ਟੀ.ਟੀ.ਬੀ ਨਹੀਂ ਜਾਂਦਾ ਉਹਦੀ ਹਾਲਤ ਮਿੱਥੋ ਵੇਖੀ ਨਾ ਗਈ ਹਾਰ ਕੇ ਜੁਦੇ ਕਰਤੇ ਭਾਈ ਚੌੜੀ ਹੋ ਕੇ ਵਹਿ ਲਈ ਜੋ ਸੋਚਿਆ ਉਹ ਵੀ ਨਹੀਂ ਹੋਇਆ ਮੁੰਡੇ ਦੀ ਹਾਲਤ ਤਾਂ ਪਹਿਲਾਂ ਨਾਲੋਂ ਵਿਗੜ ਗਈ ਸੀ ਉਹਦੇ ਸਿਰ ਨੂੰ ਕੁਛ ਹੋ ਗਿਆ ਸੀ ਮੈਂ ਰੋ ਪੈਂਦੀ ਸੀ ਜਿੰਨੇ ਦੁੱਖਾਂਦਾਰ ਮਾ ਨਾਲ ਮੈਂ ਉਹਨੂੰ ਪਾਲਿਆ ਮੈਂ ਜਾਣਦੀ ਆ ਮੈਂ ਤਾਂ ਗੁਰਦੁਆਰੇ ਜਾ ਕੇ ਸੁੱਖ ਵੀ ਸੁਖੀ ਪਰ ਉਹਦਣ 4 ਵਜੇ ਵਾਲੀ ਗੱਡੀ ਲੰਗੀ ਤਾਂ ਮੈਂ ਜਾਗ ਪਈ ਨਹਾਉਣ ਲੱਗੀ ਤਾਂ ਰੌਲਾ ਪੈ ਗਿਆ ਚਰਨਜੀਤ ਦੇ ਬਰਲਾਪ ਨੇ ਤਾਂ ਮੈਨੂੰ ਸੁਣ ਨਹੀਂ ਕਰਤਾ ਸੀ ਕੰਧ ਦੇ ਸਹਾਰੇ ਬੈਈ ਕਿਸੇ ਨੇ ਪੁੱਤ ਦਾ ਵੱਡੇ ਹਸੇ ਮੇਰੀ ਝੋਲੀ ਪਾਤਾ ਯਕੀਨ ਨਹੀਂ ਆ ਰਿਹਾ ਸੀ ਕਿ ਮੇਰਾ ਪੁੱਤ ਗੱਡੀ ਥੱਲੇ ਵੱਢਿਆ ਗਿਆ ਮੈਂ ਉਹਨੂੰ ਖੜਾਉਣ ਲੱਗ ਪਈ ਸੀ ਕੋਈ ਸੁਰਤ ਨਹੀਂ ਸੀ ਮੈਂ 2 ਮਹੀਨੇ மஞ்சੀ ਤੋਂ ਨਾ ਉੱઠી ਮੇਰਾ ਤਲਕ ਟੁੱਟ ਗਿਆ ਸੀ ਮੇਰੀਆਂ ਅੱਖਾਂ ਵਿੱਚੋਂ ਪਾਣੀ ਦੀਆਂ ਤੀਹੀਆਂ ਬਹਿ ਤੁਰੀਆਂ ਨੇ ਇੱਕ ਘੰਟਾ ਹੋ ਗਿਆ ਰੋਂਦੀ ਨੂੰ ਕੋਈ ਚੁੱਪ ਕਰਾਉਣ ਵਾਲਾ ਵੀ ਨਹੀਂ ਸਾਰੇ ਨੱਥਸੋਂ ਪਰ ਮਾਰਦੀ ਹੋਈ ਵਲਾਦਮੀ ਆ ਪਈਆ ਨਾ ਰੁਪਾਲੀ ਇਹਦੇ ਵਿੱਚੋਂ ਮੇਰਾ ਪੁੱਤ ਲੱਭਿਆ ਜਾ ਸਕਦਾ ਹੈ ਚਰਨਜੀਤ ਕੱਲੀ ਰਹਿ ਗਈ ਸੀ ਮੈਂ ਉਹਨੂੰ ਘੁੰਮਦੀ ਫਿਰਦੀ ਨੂੰ ਦੇਖਦੀ ਰਹਿੰਦੀ ਤਾਂ ਨਿਕਲ ਜਾਂਦੀ ਮੈਂ 30 ਸਾਲ ਪਿੱਛੇ ਚਲੀ ਜਾਂਦੀ ਚਰਨਜੀਤ ਮੇਰੇ ਵਿੱਚ ਰਾਲਗੱਡ ਹੋ ਜਾਂਦੀ ਮੈਨੂੰ ਲੱਗਦਾ ਉਹ ਰਾਤ ਨੂੰ ਸੁੱਤੀ ਭਈ ਉੱਠ ਤੁਰੇਗੀ ਉਹਦੇ ਕੱਪੜੇ ਕੱਟੇ ਜਾਣਗੇ ਉਪਰੀ ਕਸਰ ਹੋ ਜੂਗੀ ਖੇੜ ਝੜੇਗੀ ਸਾਤ ਸੰਤ ਬਾਹਰ ਪੁੱਟਣ ਕੀ ਚਿੰਟਾ ਨਾਲ ਕੁੱਟਣਗੀ ਮੈਂ ਇਸ ਤ੍ਰਿਸ਼ ਤੋਂ ਘਬਰਾ ਜਾਂਦੀ ਚਰਨਜੀਤ ਤੂੰ ਆਪਣੇ ਧੇਰ ਦੇ ਬਹਿ ਜਾ ਮੇਰਾ ਫੈਸਲਾ ਸੁਣ ਕੇ ਸਭ ਹੱਕੀ ਬੱਕੀ ਰਹਿ ਗਈ ਜੋਧਪੁਰ ਦੇ ਪਰਮਾਰ ਖਾਨਦਾਨ ਦਾ ਇਕੱਠ ਹੋਇਆ ਪ੍ਰਧਾਨ ਸਰੂਪ ਸਿੰਘ ਸਮੇਤ ਸਾਰਾ ਸ਼ਰੀਕਾ ਸਜਤਾ ਜ ਕੇ ਬਹਿ ਗਿਆ ਨੱਥਾ ਸੋਹਣੀ ਜਗਤ ਸੋਹਣੇ ਲੈ ਲਈ ਮੈਂ ਇਕ ਗੱਲੋਂ ਹੈਰਾਨ ਆ ਜਦੋਂ ਕਿਸੇ ਤੇ ਭਾਰੀ ਪੈਂਦੀ ਆ ਇਹ ਲੋਕ ਦੁੱਖਾਂ ਵਿੱਚ ਨਹੀਂ ਆਣਗੇ ਪਰ ਆਪਣੀਆਂ ਰਵੈਤਾਂ ਦੀ ਰਾਖੀ ਲਈ ਦੁਹਾਈ ਪਾਣਗੇ ਪੰਚਾਇਤਾਂ ਜੋੜਨਗੇ ਉਸ ਦਿਨ ਵੀ ਇਦਾਂ ਹੀ ਹੋਇਆ ਬੈਨ ਬਲਾਈ ਪੰਚਾਇਤ ਆ ਜੁੜੀ ਸੀ ਮੈਂ ਚਰਨਜੀਤ ਨੂੰ ਬਾਹਰ ਦੇ ਪਠਾਨ ਦਾ ਫੈਸਲਾ ਕੀਤਾ ਮੈਂ ਪਰਿਆਂ ਨੂੰ ਸਾਫ਼-ਸਾਫ਼ ਕਹਤਾ ਦੇਖ ਸਰਦਾਰ ਜੀ ਜੋਧਪੁਰ ਦੇ ਪਰਮਾਰ ਖਾਨਦਾਨ ਦੀ ਰਵੈਤ ਨੂੰ ਤੋੜਨਾ ਸਾਡੇ ਬਜ਼ੁਰਗਾਂ ਦੀ ਬਣੀ ਬਣਾਈ ਰਹਿਣ ਦੀ ਮਾਣ ਮਰਯਾਦਾ ਨੂੰ ਚੈਲੰਜ ਨਾ ਕਰ ਜਦ ਸੁੰਦੇ ਬੋਲਣ ਦੀ ਧੀਰ ਸੀ ਪਰਿਆ ਮੇਰੇ ਵਿਰੁੱਧ ਹੋਗੀ ਮੈਂ ਚਰਨਜੀਤ ਦੀ ਜਵਾਨੀ ਨੂੰ ਸਾੜਨਾ ਨਹੀਂ ਚਾਹੁੰਦੀ ਸੁਣ ਭਾਈ ਕਰਤਾਰ ਕੋਰੇ ਦਰਅਸਲ ਅਸੀਂ ਰਾਜਪੂਤ ਘਰਾਣੇ ਦੇ ਲੋਕ ਆ ਸਾਡੇ ਰਵਾਜ ਸੀ ਜਦੋਂ ਬੰਦਾ ਮਰਦਾ ਤਾਂ ਤੀਵੀ ਨਾਲ ਹੀ ਸਤੀ ਹੋ ਜਾਂਦੀ ਜੇ ਅੜਦੀ ਤਾਂ ਚੁੱਕ ਕੇ ਬਲਦੇ ਸਿਵੇ ਚ ਸੁੱਟ ਦਿੰਦੇ ਇੱਥੇ ਤੱਕ ਪਹੁੰਚਦੇ ਆ ਇਹ ਹੋ ਗਿਆ ਕਿ ਔਰਤ ਸਾੜੀ ਨਹੀਂ ਜਾਏਗੀ ਪਰ ਨਾਲ ਹੀ ਹੋਰ ਥਾਂ ਨਾ ਬਿਠਾਣ ਦਾ ਵੀ ਫੈਸਲਾ ਹੋਇਆ ਪ੍ਰਧਾਨ ਸਰੂਪ ਸਿਉ ਨੇ ਮੇਰੇ ਅੱਗ ਲਾਤੀ ਸੀ 30 ਸਾਲ ਪਹਿਲਾਂ ਵੀ ਇਹਨੇ ਇਹੀ ਕਹਾਣਾ ਪਾਇਆ ਸੀ ਮੈਂ ਢੜਕ ਜਾਣਾ ਚਾਹੁੰਦੀ ਸਾਂ ਪਰ ਉਸ ਆਪਣਾ ਭਾਸ਼ਣ ਜਾਰੀ ਰੱਖਿਆ ਇਹ ਤਾਂ ਭਾਈ ਹੁਣ ਜੇ ਤੂੰ ਕਹਿਣਾ ਨਹੀਂ ਮੰਨਦੀ ਤਾਂ ਸਾਡੇ ਬਜ਼ੁਰਗਾਂ ਦੀ ਹੀਠੀ ਆ ਬਡਾਰੂਆਂ ਦੀ ਆਤਮਾ ਦੁਖੀ ਹੋਊ ਉਹ ਨਹੀਂ ਫਿਰ ਤੈਨੂੰ ਮਾਫ ਕਰਦੇ ਅੱਗੇ ਤੇਰੇ ਤੇ ਉਹਨਾਂ ਦੀ ਕਰੋਪੀ ਪਈਆ ਤੇ ਮਜਬੂਰ ਨੂੰ ਸਾਨੂੰ ਵੀ ਆਪਣੇ ਸ਼ਰੀਕੇ ਵਿੱਚੋਂ ਤੈਨੂੰ ਛੇਕਣਾ ਪੈਣਾ ਮੈਂ ਕਹਿਣਾ ਚਾਹੁੰਦੀ ਸਾਂ ਆਪਣੀ ਉਮਰ ਘੁੱਟ-ਘੁੱਟ ਕੇ ਜਿਹੇ ਜੀਣ ਨਾਲੋਂ ਸਤੀ ਹੋ ਜਾਣਾ ਬਿਹਤਰ ਏ ਪਰ ਕਾਵਾਂ ਦੀ ਪੰਚਾਇਤ 'ਚ ਚੱਕੀ ਰਾਹੀ ਨੂੰ ਕੌਣ ਪੁੱਛਦਾ ਹੈ ਉਹਨਾਂ ਦਾ ਫੈਸਲਾ ਪੱਕਾ ਸੀ ਕਿ ਚਰਨਜੀਤ ਬਾਦਰ ਦੇ ਨਹੀਂ ਬੈਠੇਗੀ ਮੈਂ ਸਭ ਕੁਝ ਤੋੜਨ ਦਾ ਫੈਸਲਾ ਕਰ ਚੁੱਕੀ ਸਾਂ ਉਹਨਾਂ ਦੀ ਇੱਕ ਨਾ ਸੁਣੀ ਮੈਂ ਬਹਾਦਰ ਅੱਗੇ ਗੜਗੜਾਈ ਮਾਂ ਤੂੰ ਤੇ ਕਹਿੰਦੀ ਸੈਂ ਵੱਡੀ ਪਰਜਾਈ ਮਾਂ ਹੁੰਦੀ ਐ ਫਿਰ ਮਾਂ ਨਾਲ ਵਿਆਹ ਨਹੀਂ 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 ਬਾਹਰਤਰ ਦਾ ਜਵਾਬ ਸੁਣ ਕੇ ਮੇਰੇ ਸੱਤੇ ਕੱਪੜੇ ਅੱਗ ਲੱਗ ਗਏ ਸੀ ਇਹ ਸੁਣ ਲੈ ਕੋਪਤ ਨਹੀਂ ਮੇਰੀ ਹੇਠੀ ਕਰਾਤੀ ਸ਼ਾਇਦ ਮੈਂ ਜ਼ਿੱਦ ਪਗਾ ਲੈਂਦੀ ਜੇ ਚਰਨਜੀਤ ਤੇ ਨਾ ਚਲੇ ਜਾਂਦੀ ਜੀਦੀ ਖਾਤਰ ਨੱਥਾ ਸੌਂਦੇ ਖਾਨਦਾਨ ਦੀਆਂ ਧੱਜੀਆਂ ਉਡਾਣ ਨੂੰ ਫਿਰਦੀ ਸੀ ਉਹ ਵੀ ਧੋਖਾ ਦੇਗੀ ਬਦਲਾ ਲੈਣ ਦਾ ਮੌਕਾ ਹੱਥੋਂ ਨਿਕਲ ਗਿਆ ਬਹੂ ਵੀ ਹੱਥੋਂ ਗਈ ਤੇ ਮੇਰਾ ਪੁੱਤ ਵੀ ਵੱਡਿਆ ਗਿਆ ਉਹਦਾ ਤੇ ਸਿਰ ਹਾਏ ਓਏ ਮੇਰੇ ਜਿਗਰ ਦੇ ਟੁੱਟਿਆ ਮਾਂ ਜੀ ਕੀ ਹੋਇਆ ਰੁਪਾਲੀ ਮੈਨੂੰ ਚੰਬੜ ਗਈ ਆ ਤੁਸੀਂ ਰੋਂਦੇ ਕਿਉਂ ਆਂ ਅੰਦਰਗੀ ਲੱਗਦੀ ਹੈ ਮੈਂ ਇਹਨੂੰ ਕੀ ਦੱਸਾਂ ਇਹ ਜੇ ਬਹਿਣਾ ਦੀ ਬਾਸ਼ਾ ਨਹੀਂ ਸਮਝਦੀ ਜੇ ਸਮਝਦੀ ਹੁੰਦੀ ਤਾਂ ਇਹਨੇ ਪੁੱਛਣਾ ਨਹੀਂ ਸੀ ਇਹਦੇ ਸਵਾਲ ਦਾ ਜਵਾਬ ਸਮਝਿਆ ਜਾ ਸਕਦਾ ਦੱਸਿਆ ਨਹੀਂ ਜਾ ਸਕਦਾ ਏਕੀ ਕੀਰਨੇ ਪਾਈ ਹੋਇਆ ਕੋਈ ਮਰ ਗਿਆ ਕਿਆ ਅਜੇ ਮੈਂ ਜਿੰਦਾ ਬੈਠਾਂ ਇਹਦੇ ਪਿਓ ਨੇ ਫੜਕ ਦੇਣੀ ਦਰਵਾਜ਼ਾ ਮਾਰਿਆ ਮਰ ਗਿਆ ਕਿ ਮੈਂ ਮੂੰਹ ਪਾੜ ਕੇ ਕਹਤਾ ਟੁੱਟ ਪੈਣੇ ਨਹੀਂ ਜਿਨ੍ਹਾਂ ਦੇ ਮਰ ਜਾਂਦੇ ਨੇ ਨਾ ਉਹਨਾਂ ਨੂੰ ਭੁਗਤਣੀਆਂ ਪੈਂਦੀਆਂ ਉਹੀ ਦੱਸ ਸਕਦੇ ਨੇ ਮਰਨਾ ਕੀ ਹੁੰਦਾ ਇਹਦਾ ਕੋਈ ਮਰਿਆ ਨਹੀਂ ਨਾ ਘਰ ਵਾਲਾ ਤਾਂ ਮੇਰਾ ਮਰਿਆ ਪੁੱਤ ਪੋਤਾ ਮੇਰੇ ਮਰੇ ਇਹਦੇ ਤਾਂ ਉਦੋਂ ਵੀ ਡੱਫਕ ਕੇ ਆਂਦਾ ਸੀ ਇਹ ਤਾਂ ਹੁਣ ਵੀ ਰੱਜਿਆ ਪਿਆ ਉਦੋਂ ਵੀ ਮੇਨਾਂ ਇੱਟ ਖੜਕਾ ਕਰੀ ਰੱਖਦਾ ਸੀ ਹੁਣ ਵੀ ਸਰਦਲ ਤੇ ਖੜਾ ਗਾਲਾਂ ਕੱਢੀ ਜਾ ਰਿਹਾ ਹੈ ਇਸ ਬੱਡ ਬਲੇਟ ਨੂੰ ਸ਼ਰਮ ਨਹੀਂ ਭੋਰਾ ਦੇਖ ਕੇ ਮੈਂ ਬੋ ਕੱਢਿਆ ਹਾਇ ਰੁਪਾਲੀ ਦੀ ਇਹ ਬੱਚ ਗਏ ਬੰਦੇ ਦੀ ਧੀ ਬਣ ਜਾ ਉਸ ਦੀ ਧੌਣ ਤਾਂ ਲੈਣੀ ਲੈਣੀ ਆ ਤੇਰੀ ਵੀ ਲਹਣੀ ਪਊ ਜੇ ਮੈਂ ਉਹਨੂੰ ਮੁੜ ਕੇ ਤੇਰੇ ਨਾਲ ਦੇਖਿਆ ਤਾਂ ਰੁਪਾਲੀ ਤੇ ਦੀਦਾਰ ਨੂੰ ਕਾਲਾ ਕੱਟਣ ਲੱਗ ਪਿਆ ਰੁਪਾਲੀ ਦੀ ਮਾਂ ਇਹਨੂੰ ਖਿੱਚ ਕੇ ਅੰਦਰ ਲੈ ਗਈ ਮੈਂ ਨਹੀਂ ਬੋਲੀ ਮੈਨੂੰ ਇਹਦੇ ਘੁੱਟ ਤੋਂ ਬੜਾ ਡਰ ਲੱਗਦਾ ਬਲਵਿੰਦਰ ਦੇ ਪੋਤੇ ਦੀ ਮੌਤ ਤੋਂ ਬਾਅਦ ਮੈਨੂੰ ਨੀਂਦਾਂੋਂ ਹਟ ਗਈ ਹੈ ਸਾਰੀ ਸਾਰੀ ਰਾਤ ਬੈਠਾਂ ਗੁਜਰ ਜਾਂਦੀ ਘੁੰਮਦੀ ਫਾਤੀ ਰਹਿੰਦੀ ਇੱਕ ਵਾਰ ਇਹਦੇ ਕਮਰੇ ਚ ਵੜ ਗਈ ਸਾਂ ਉੱਪਰੀ ਜਨਾਨੀ ਦੇਖ ਕੇ ਮੈਂ ਦੋਕਾ ਮਾਰਿਆ ਸੀ ਮੇਰੇ ਥਾੜ ਕਰਦਾ ਤੱਪੜ ਪਿਆ ਸੀ ਘਮੀਟਾ ਖਾ ਕੇ ਡੱਕ ਪਈ ਸਾਂ ਇਹ ਉਹਨੂੰ ਲੈ ਕੇ ਤੁਰਦਾ ਬਣਿਆ ਸ਼ਰਾਬ ਪੀ ਕੇ ਘਰ ਆਣਾ ਫੇਰ ਗਾਲਾਂ ਕੱਢਣੀਆਂ ਇੱਕ ਗੰਡਣ ਨੂੰ ਸੱਤ ਲੈਣਾ ਇੱਕ ਵਾਰ ਮੈਂ ਦੋਹਾਂ ਨੂੰ ਰੰਗੇ ਹੱਥੀ ਫੜ ਲਿਆ ਚੰਗੀ ਝਾੜ ਪਾਈ ਮੈਨੂੰ ਉੱਥੇ ਢਾ ਲਿਆ ਮੈਨੂੰ ਕ੍ਰਿਸ ਕ੍ਰਿਸ ਕੇ ਕੁੱਟਿਆ ਟੁੱਟ ਪੈਣੀ ਨਹੀਂ ਉਹ ਕੁੱਟ ਨਹੀਂ ਕਦੇ ਭੁੱਲੀ ਇਹਨੇ ਮੈਨੂੰ ਕਮਰੇ ਚ ਹੋਬੜ ਕੇ ਜਿੰਦਾ ਲਾ ਦੇਣਾ ਤੇ ਕੰਧਾਂ ਕੋਠੇ ਟੱਪ ਕੇ ਉਹਦੇ ਕੋਲ ਚਲੇ ਜਾਣਾ ਜਾਂ ਘਰ ਲਿਉਣੀ ਇਹਦਾ ਮੂੰਹ ਕਾਲਾ ਕਰਦੇ ਜਗਤ ਸਿੰਘ ਵਿਆਹ ਲਈ ਜ਼ੋਰ ਪਾਉਣ ਲੱਗਾ ਉਹਨੇ ਆਪਣੇ ਜਗਿੰਦਰ ਦਾ ਵਿਆਹ ਕਰ ਲਿਆ ਸੀ ਚੱਜ ਤਾਂ ਉਹਦੇ ਵੀ ਇਹੀ ਸੀ ਜਦੋਂ ਚੱਬ ਚੱਬ ਗੱਲਾਂ ਕਰਨ ਲੱਗਾ ਮੈਂ ਵੀ ਉਹਨੂੰ ਵਿਆਹ ਇਹਨੂੰ ਵਿਆਹ ਲਿਆ ਵਿਆਹ ਤੋਂ ਬਾਅਦ ਨੌਕਰੀ ਲੱਗਾ ਕੀ ਕੀ ਗੱਲਾਂ ਦੱਸਾਂ ਇਹਦੀਆਂ ਕੁੜੀ ਡੋਸ ਕੀ ਜਾਂਦੀ ਆ ਮੈਂ ਰੋਣ ਤੋਂ ਹਟੀਆਂ ਇਹ ਲੱਗ ਪਈ ਐ ਸੌ ਜਾਂਦੀ ਐ ਸਵੇਰ ਹੋਊ ਵੇਖੀ ਜਊਂ ਰਪਾਲੀ ਨੂੰ ਬਾਕੇ ਥਾਪੜਨ ਲੱਗੀਆਂ ਕੁੜੀ ਕਿੱਡੇ ਕਿੱਡੇ ਹੋਂਗੇ ਮਾਰਦੀ ਐ ਕੋਈ ਨਹੀਂ ਪੁੱਤ ਤੈਨੂੰ ਨਹੀਂ ਸੇਕ ਲੱਗਣ ਦਿੰਦੀ ਬੱਦਰ ਤੋਂ ਹੋਵੇ ਤੇ ਚਾਹੇ ਜਗਤ ਸੋਂ ਮੈਨੂੰ ਇਹਨਾ ਨਾ ਅੱਡਾ ਲੈਣਾ ਹੀ ਪੈਣਾ ਜਗਤ ਸੋਂ ਐਵੇਂ ਖਾਨਦਾਨ ਦਾ ਫੂੰਦਾ ਬੰਨੀ ਫਿਰਦਾ ਉਹਦੀ ਕੁੜੀ ਬਲਜਿੰਦਰ ਅਨੰਤਿਕ ਮਿਹਾਰ ਦੇ ਮੁੰਡੇ ਜੈਲੇ ਪਲਵਾਨ ਨਾਲ ਹੋਟਲ ਵਿੱਚ ਫੜੀ ਲਈ ਮੈਂ ਤੇ ਪਿਆਰੀ ਪੈਲਸਨ ਲੈਣ ਗਈਆਂ ਨੇ ਹੋਟਲ 'ਚ ਦੇਖ ਲਈ ਪਿਆਰੀ ਨੇ ਘਰ ਆ ਕੇ ਗੱਲ ਕਰਤੀ ਇਸ ਜਗਤ ਸੋਹਣੇ ਦਿਨਾਚੀ ਵਿਆਹ ਕਰਤਾ ਪੰਜੀ ਛੇ ਮਹੀਨੀ ਉਹ ਤਾਂ ਪਰੌਣਾ ਮਰ ਗਿਆ ਅਮਲੀ ਸੀ sire ਦਾ ਖਬਰੇ ਨਸ਼ਿਆਂ ਦੀ ਤੋਟਣਾ ਹੀ ਮਰ ਗਿਆ ਰੱਬ ਜਾਣੇ ਮਰ ਗਿਆ ਚਾ ਬਲਜਿੰਦਰ ਨੇ ਮਾਰਤਾ ਬਾਅਦ ਚ ਬੜਾ ਉਫਸਾਦ ਹੋਇਆ ਕੁੜੀ ਕਹੇ ਮੈਂ ਵਿਆਹ ਨਹੀਂ ਵਿਆਹ ਕਰਾਉਣਾ ਤੇ ਕਰਾਉਣਾ ਵੀ ਨੰਤਕ ਨਿਹਾਰ ਦੇ ਮੁੰਡੇ ਨਾਲ ਜਗਤ ਸੂ ਫਸ ਗਿਆ ਕਸੂਤਾ ਜੋਧਪੁਰ ਦੇ ਪਰਮਾਰਾਂ ਦਾ ਮਸਲਾ ਫੇਰ ਉੱਪਰ ਆ ਸੀ ਇੱਕ ਵਾਰ ਤਾਂ ਕੁੜੀ ਨੇ ਹੀਲਾ ਘਰਾਤੀਆਂ ਇਹ ਵੱਡਾ ਸਰਦਾਰ ਮੰਨਿਆ ਨਾ ਹੁਣ ਉਹ ਰੋਜ਼ ਚੈਲੇ ਪਲਵਾਨ ਨਾਲ ਮੋਟਰਸਾਈਕਲ ਤੇ ਸ਼ਹਿਰ ਜਾਂਦੀ ਆ। ਚਵਾਰੇ ਚ ਪਰਮਾਰਾਂ ਦਾ ਨੱਕ ਵੱਢਦੀ ਆ। ਆਖੇ ਜੀ ਸਾਡੇ ਖਾਨਦਾਨ ਚ ਕੁੜੀਆਂ ਦਾ ਦੁਬਾਰਾ ਵਿਆਹ ਨਹੀਂ ਕਰਦੇ। ਚਵਾਰਿਆਂ ਚ ਭੇਜ ਦਿੰਦੇ ਆ। ਮੈਂ ਇਹ ਗੱਲ ਹੁਣ ਬਾਦਰ ਕੋਲੋਂ ਪੁੱਛਣ ਲੱਗੀ ਸੀ। ਡਰਤੀ ਮਾਰੀ ਚੁੱਪ ਰਹੀ। ਬਲਜਿੰਦਰ ਸਾਰੇ ਪਿੰਡ ਦੀ ਭੂਆ ਬਣ ਗਈ ਆ। ਹੁਣ ਵੀ ਚੈਲੇ ਪਲਵਾਨ ਨਾਲ ਸ਼ਹਿਰ ਜਾਂਦੀ ਆ। ਜਿਹੜਾ ਕੰਮ ਮੈਂ ਨਹੀਂ ਕਰ ਸਕੀ, ਜਰ ਪਾਲੀ ਨਹੀਂ ਕਰ ਸਕਦੀ। ਪਿਛਲੇ 22 ਸਾਲਾਂ ਚ ਉਹ ਕਰ ਰਹੀ ਐ ਜੋ ਨਾ ਮੇਰ ਨਾਲ ਕੀਤੀ ਆ ਮੈਨੂੰ ਲੱਗਦਾ ਉਹ ਮੇਰਾ ਹੀ ਬਥਲਾ ਲੈ ਰਹੀ ਐ ਜਿਉਂਦੀ ਰਹਿ ਨਹੀਂ ਬਲਜਿੰਦਰ ਕੌਰੇ ਆਹ ਜਿਹੜਾ ਬੜਕਾ ਮਾਰਦਾ ਗਿਆ ਤਿੰਨ ਬੱਚਿਆਂ ਦਾ ਬਾਪ ਆ ਪਹਿਲਾਂ ਰਪਾਲੀ ਹੋਈ ਫੇਰ ॠषि ਤੇ ਹਰਜੀ ਪਰ ਇਹ ਮੇਰਾ ਪੁੱਤ ਨਹੀਂ ਬਣਿਆ ਸਰਦਾਰ ਭਾਦਰ ਸਿੰਘ ਪਰਮਾਰ ਜੋਧਪੁਰ ਬਣ ਕੇ ਰਹਿੰਦਾ ਇਹਦੀ ਘਰ ਵਾਲੀ ਵੀ ਇਹਦੇ ਅਰਗੀ ਆ ਇਹ ਘਰ ਰਹਿਣ ਨੂੰ ਪੋਰਾ ਚੱਤ ਨਹੀਂ ਕਰਦਾ ਬਸ ਰੋਪਾਲੀ ਕਰਕੇ ਜਿੰਦੀਆਂ ਇਹਨੂੰ ਮੇਰੀਆਂ ਰੀਝਾਂ ਦਾ ਪਤਾ ਹੈ ਜਿਸ ਦਿਨ ਵੀ ਇਹ ਕੁੜੀ ਜਵਾਨ ਹੋਈ ਆ ਨਾ ਮੁੜ ਕੇ ਮੈਨੂੰ ਆਪਣੇ ਵਾਲੀ ਉਮਰ ਚ ਲੈ ਗਈ ਆ ਮੈਂ ਇਹਦੇ ਕੋਲ ਆਪਣਾ ਦੁੱਖ ਫੋਲਿਆ ਸੀ ਪੁੱਤ ਮੈਂ ਜ਼ਿੰਦਗੀ ਵਿੱਚ ਕਦੇ ਸੁੱਖ ਨਹੀਂ ਵੇਖਿਆ ਇੱਕ ਦਿਨ ਵੀ ਰੱਜ ਕੇ ਖੁਸ਼ੀ ਦਾ ਨਹੀਂ ਮਾਣਿਆ ਇਹ ਉਦੋਂ ਦੀ ਮੇਰਾ ਖਿਆਲ ਰੱਖਦੀ ਆ ਮੇਰੀਆਂ ਸਾਰੀਆਂ ਗੱਲਾਂ ਦਾ ਇਹਨੂੰ ਪਤਾ ਹੈ ਇਹਦੀ ਮਾਂ ਨੇ ਮੇਰੇ ਕਹਿਣੇ ਦੱਬੇ ਹੋਏ ਸੀ ਉਹ ਲਕਾਤ ਤੇ ਹੁਣ ਪਾ ਕੇ ਰੱਖਦੀ ਆ ਇਹਨੇ ਅਗਲੇ ਪਿਛਲੇ ਮੇਰੇ ਚਾਹ ਪੂਰੇ ਕਰਦੇ ਬੋਟਿੰਗ ਵਾਲੇ ਟੱਲੇ ਪਵਾ ਦੂ ਕਾਲੀ ਪ੍ਰਾਂਦੀ ਗੁੱਤ ਵਿੱਚ ਗੁੰਦ ਦੂ ਦੋ ਗੁੱਤਾਂ ਕਰ ਦੂ ਮੇਕਅਪ ਕਰੂਗੀ ਆਪ ਮੇਕਅਪ ਨਹੀਂ ਕਰਦੀ ਕਹੂਗੀ ਮਾਂ ਜੀ ਗਹਿਣੇ ਗੱਟੇ ਸੁਰਕੀਆਂ ਬਿੰਦੀਆਂ ਔਰਤ ਨੂੰ ਵਸਤੂ ਬਣਾਉਂਦੀਆਂ ਨੇ ਤੇ ਮੈਂ ਵਸਤੂ ਬਣਨਾ ਨਹੀਂ ਚਾਹੁੰਦੀ ਬਸ ਇਹ ਤਾਂ ਇਦਾਂ ਦੀਆਂ ਟੱਪਲੀਆਂ ਮਾਰਦੀ ਰਹਿੰਦੀ ਹੈ ਮੈਨੂੰ ਇਹ ਨਹੀਂ ਤਾਂ ਦੀਆਂ ਗੱਲਾਂ ਦੀ ਭੋਰਾ ਸਮਝ ਨਹੀਂ ਪੈਂਦੀ। ਇਹ ਆਪਣੇ ਪਿਓ ਨੂੰ ਤੇ ਬਹੁਤੀਆਂ ਗੱਲਾਂ ਨੂੰ ਟੈਚ ਸਮਝਦੀ ਆ। ਇੱਕ ਦਿਨ ਜੱਦ ਕਰਕੇ ਮੇਰੇ ਜੀਨ ਦੀ ਪੈਂਟ ਪਵਾਤੀ। ਫੇਰ ਮਰ ਜਾਣੀ ਘੰਟਾ ਬਾਅਦ ਹੱਸਦੀ ਰਹੀ। ਮੈਂ ਛੋਟੀ ਹੁੰਦੀ ਅੰਬੀਆਂ ਬਹੁਤ ਖਾਂਦੀ ਸੀ। ਸੱਸ ਖੱਟੀਆਂ ਚੀਜ਼ਾਂ ਖਾਣ ਨੂੰ ਨਹੀਂ ਸੀ ਦਿੰਦੀ। ਇਹ ਮੈਨੂੰ ਸ਼ਹਿਰ ਲੈ ਜਾਊਗੀ। ਗੋਲ ਗੱਪੇ ਖਵਾਊਗੀ। ਆਪਣੇ ਹੱਥੀ ਸੁਰਮਾ ਪਾਊ। ਦੰਦਾਂ ਸਾਫਾਣ ਨੂੰ ਦਊ। ਮੇਰੇ ਦੰਦ ਟੁੱਟੇ ਤਾਂ ਇੰਨੇ ਲੋਾਈ। ਮੂੰਹ ਫੜੀ ਨੂੰ ਗਰਚੇ ਕੁੱਟ ਕੇ ਖਵਾਉ। ਇਹ ਛੋਟੀ ਜੀ ਸੀ ਉਹਦਾ। ਮੈਂ ਖਾਣ ਲੱਗੀ ਤਾਂ ਇਹਦੀ ਮਾਂ ਨੇ ਹੱਥੋਂ ਕੌਲੀ ਖੋਲੀ ਸੀ। ਇਹ ਤਾਂ ਮੈਨੂੰ ਬਲਵਿੰਦਰ ਫੱਤ ਮਿਲ ਗਿਆ। ਜਦੋਂ ਇਹ ਕੈਪਟਨ ਨਾਲ ਵਿਆਹੀ ਗਈ ਮੈਂ ਦੁਬਾਰਾ ਨਪੁੱਤੀ ਹੋ ਗਈ ਸੀ। ਵਿਚਾਰੀ ਜਲਦੀ ਰੰਡੀ ਹੋ ਗਈ। ਨਹੀਂਥੋ ਇਹਦੀ ਜਵਾਨੀ ਦੇਖੀ ਨਹੀਂ ਜਾਂਦੀ। ਕੈਪਟਨ ਮੁਕੇ ਨੂੰ ਢੂੜ ਸਾਲ ਹੋ ਗਿਆ। ਮੈਂ ਇਹਨੂੰ ਤੜਫਣ ਨਹੀਂ ਦਿੱਤਾ। ਇਹ دیدار ਨੂੰ ਮਿਲਣ ਲੱਗੀ। ਮੈਂ ਨਾਲ ਦੀ ਬੈਠਦਾ ਆਪੜੀ ਅਸੀਂ ਦਾਦੀ ਪੋਤੀ پارک ਚੱਲੇ ਜਾਂਦੀਆਂ ਹਾਂ ਨਾਲ ਤਾਂ ਸ਼ਹਿਰ ਆ ਉਹ ਮੈਂ ਪੈਂਦਾ ਕਿਤੇ ਘਰ ਵਿਆਹ ਜਾਂਦਾ ਦੀਦਾਰ ਮੇਨਾਂ ਬਹੁਤ ਗੱਲਾਂ ਕਰਦਾ ਜਦੋਂ ਹੀ ਬੈਠੇ ਹੁੰਦੀ ਆ ਦੀਦਾਰ ਮੈਨੂੰ ਵਿੱਕਰ ਸੁਣ ਲੱਪਣ ਲੱਗ ਪੈਂਦਾ ਤੇ ਰੁਪਾਲੀ ਦੀ ਥਾਂ ਹੀ ਮੈਂ ਆਪਣੇ ਆਪ ਨੂੰ ਰੱਖ ਲੈਣੀ ਆ ਡੈਡੀ ਨਾ ਦੀਦਾਰ ਨਾਲ ਵਿਆਹ ਕਰਾਉਣਾ ਪਿਛਲੇ ਹਫ਼ਤੇ ਨੇ ਆਪਣੇ ਪਿਓ ਨੂੰ ਦੋ ਟੁੱਕ ਫੈਸਲਾ ਸੁਣਾਤਾ ਸੀ ਇੰਨੇ ਨਾਲ ਤਾਂ ਭਾ ਇਹ ਖਰਚ ਪਚਾਲ ਆ ਗਿਆ ਉਸ ਦਿਨ ਦਿਨਾ ਜੋਧਪੁਰ ਦੇ ਪਰਮਾਰਾਂ ਦੇ ਖਾਨਦਾਨ ਦੀਆਂ ਕੰਧਾਂ ਹਿੱਲੀਆਂ ਪਈਆਂ ਸਿਰਨਾਵਾਂ ਵਿੱਚ ਵੱਜੇ ਹੋਏ ਨੇ ਇਹਦਾ ਪਿਓ ਕਹਿਣ ਲੱਗਾ ਜੋ ਖਾਨਦਾਨ ਦੀ ਰੀਤ ਚੱਲੀ ਆਉਂਦੀ ਆ ਉਹੀ ਰਹੇਗੀ دیدار ਪਰਸੋਂ ਆਣ ਦਾ ਵਾਅਦਾ ਕਰਕੇ ਗਿਆ ਸੀ ਉਹਨੇ ਵਿਆਹ ਲਈ ਕਚਹਿਰੀ ਚੋਂ ਕਾਗਜ਼ ਤਿਆਰ ਕਰਾ ਕੇ ਲਿਆਉਣੇ ਸੀ ਅਜੇ ਤੱਕ ਨਹੀਂ ਆਇਆ ਕੁੜੀ ਪਰਸੋਂ ਉਡੀਕਦੀ ਰਹੀ ਕੱਲ ਆਣ ਦੀ ਆਸ ਸੀ ਕੱਲ ਨਹੀਂ ਆਇਆ ਅੱਜ ਤਾਂ ਰੋ-ਰੋ ਅੱਖਾਂ ਲਾਲ ਕੀਤੀਆਂ ਪਈਆਂ ਹੁਣ ਤਾਂ ਢਟਾਲ ਜੀ ਹੋਈ ਪਈ ਐ ਰਾਤ ਦਾ ਆਖਰੀ ਪੈਰ ਚੱਲਦਾ ਪਿਆ ਹੁਣ ਨਹੀਂ ਲੱਗਦਾ ਕਿ ਆਉ ਮੈਂ ਕਮਰੇ ਚੋਂ ਬਾਹਰ ਆ ਗਈਆਂ ਬਾਹਰ ਤਾਂ ਕੋਹ ਪਨੇਰਾ ਐ ਐਮੀ ਦੀਦਾਰ ਨੂੰ ਨਿੰਦੀ ਜਾ ਰਹੀਆਂ ਇਦਾਂ ਦੇ ਨੇਰੇ ਚ ਕਿਵੇਂ ਆਜੂ ਇਹ ਕਹੋਗੀ ਨੇਰਿਆਂ ਨੂੰ ਚੀਰੇ ਬਿਨਾ ਖਲਾਸੀ ਵੀ ਤਾਂ ਨਹੀਂ ਨਾ ਹੋਣੀ ਮੈਂ ਅੰਦਰ ਆਈਆਂ ਰੁਪਾਲੀ ਜਾਗੀ ਬੈਠੀ ਆ ਮੇਰੇ ਵੱਲ ਸਵਾਲੀਆਂ ਨਜ਼ਰਾਂ ਨਾਲ ਦੇਖਿਆ ਮਾਂ ਜੀ ਇਹ ਚੰਦਰਮਾ ਨੂੰ ਗ੍ਰਹਿਣ ਕਿਉਂ ਲੱਗਦਾ ਰੁਪਾਲੀ ਨੇ ਉਹ ਬੱਸ ਹੀ ਲਈ ਆ ਮੇਰੀ ਅੰਮਾ ਦੱਸਦੀ ਹੁੰਦੀ ਸੀ ਚੰਦ ਨੇ ਗ੍ਰਹਾਂ ਦਾ ਕਰਜ਼ਾ ਦੇਣਾ ਹੁੰਦਾ ਸੋ ਇਸ ਵਿਚਾਰੇ ਦੇਵਤੇ ਨੂੰ ਘੇਰ ਲੈਂਦੇ ਨੇ ਰਾਹੁ ਕੇਤੂ ਗ੍ਰਸ ਲੈਂਦੇ ਨੇ ਮੇਰਾ ਜਵਾਬ ਸੁਣ ਕੇ ਹੱਸ ਪਈ ਐ ਮਾਂ ਜੀ ਔਰਤ ਨੇ ਕਿਹਦਾ ਕਰਜ਼ਾ ਦੇਣਾ ਇਥੇ ਤਾਂ ਜਣਾਖਣਾ ਰਹੂ ਕਿ ਤੂੰ ਬਣਿਆ ਫਿਰਦਾ ਰੁਪਾਲੀ ਗੰਭੀਰ ਹੋ ਕੇ ਬੋਲੀਆ ਮੈਂ ਜਵਾਬ ਦੇਣ ਵਿੱਚ ਉਲਝ ਗਈਆਂ ਇਹ ਸੁੱਝਣ ਨਾਲੋਂ ਮੇਰੀ ਵੱਡੀ ਉਲਝਣ ਇਥੇ ਤੇ دیدار ਬਾਰੇ ਹੈ ਉਹ ਇਹਨੂੰ ਲੈ ਜਾਊਗਾ ਜੋਧਪੁਰ ਦਾ ਪਰਮਾਰ ਖਾਨਦਾਨ ਮੈਨੂੰ ਬਖਸ਼ ਦੇਊਗਾ ਕੱਲ ਰਾਤ ਸਾਰੀ ਮੈਂ ਨਾ ਹੜਬੋਚਾਂ ਵਿੱਚ ਘਿਰੀ ਰਹੀ ਕਿਸੇ ਦੇ ਹੱਥ 'ਚ ਤਲਵਾਰ ਸੀ ਕਿਸੇ ਦੇ ਹੱਥ ਗੰਡਾਸੀ ਇਸੇ ਕੋਲ ਰਫਲ ਮੈਨੂੰ ਕੁੱਟ-ਕੁੱਟ ਕੇ ਅਧਮੋਈ ਕਰਤਾ ਸੀ ਬਹਾਦਰ ਸਿਆ ਇਸ ਬੁੱਢੜੀ ਨੂੰ ਤੇ ਆਸ਼ਕ ਜੋੜੀ ਨੂੰ ਗੋਲੀ ਮਾਰਦੇ ਖਾਨਦਾਨ ਬਚਾਲਾ ਕਿਤੇ ਨਹੀਂ ਤੈਨੂੰ ਫਾਂਸੀ ਲੱਗਣ ਲੱਗੀ ਦੋ ਕਿੱਲੇ ਫੂਕ ਦੇਾਂਗੇ ਜਗਤ ਸੁੰਦਾ ਜਗਿੰਦਰ ਬੋਲਿਆ ਸੀ ਇਹਨਾਂ ਦੋਨਾਂ ਨੂੰ ਰਫਲ ਸੀਧਲੀ ਸੀ ਮੈਂ ਭੱਜ ਕੇ ਰਪਾਲੀ ਤੇ دیدار ਅੱਗੇ ਹੋ ਗਈ ਸੀ ਗੋਲੀ ਦੀ ਟੀਨ ਨੇ ਮੇਰੀ ਚੀਕ ਘਟਾ ਦਿੱਤੀ ਸੀ ਰਪਾਲੀ ਨੇ ਮੈਨੂੰ ਸੁਪਨੇ ਚੋਂ ਕੱਢ ਕੇ ਦਲਾਸਾ ਦਿੱਤਾ ਸੀ ਉਹਨੇ ਪੁੱਛਦੀ ਆ ਹਰਤ ਨੇ ਕਿਹਦਾ ਕਰਜ਼ਾ ਦੇਣਾ ਮੈਨੂੰ ਕਿਉਂ ਪੁੱਛਦੀ ਐ ਆਪਣੇ ਖਾਨਦਾਨ ਦੇ ਲੋਕਾਂ ਤੋਂ ਪੁੱਛੇ ਠਕ ਆਵਾਜ਼ ਨੇ ਮੇਰੀ ਸੁਰਤੀ ਤੋੜੀ ਐ دیدار ਨੂੰ ਦੇਖਣ ਰੁਪਾਲੀ ਭੱਜ ਕੇ ਬਾਹਰ ਆ ਗਈ ਐ ਮੈਂ ਵੀ ਦਰਵਾਜ਼ੇ ਕੋਲ ਖੜ ਗਈ ਆ ਮਾਂ ਜੀ ਮਾਂ ਜੀ ਗਰੈਂਡ ਲੱਥ ਗਿਆ ਰੁਪਾਲੀ ਛਾਲਾ ਮਾਰਦੀ ਮੈਨੂੰ ਆਣ ਚਿੰਬੜੀ ਐ ਇਹ ਖੁਸ਼ੀ ਵਿੱਚ ਬਾਬਰੀ ਹੋਈ ਮੈਨੂੰ ਚੁੰਮਣ ਚੱਟਣ ਲੱਗ ਪਈ ਐ ਅਸੀਂ ਬਾਹਰ ਆਈਆਂ ਚਾਰੇ ਪਾਸੇ ਚਾਨਣ ਹੋਇਆ ਪਿਆ